ਕੱਟਰ ਇਮਾਨਦਾਰ ਪਾਰਟੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਜਿਹੜੇ ਦੋਹਰੇ ਮਾਪਦੰਡ ਨੇ, ਚਰਿੱਤਰ ਨੇ, ਅੱਜ ਉਹ ਤੁਹਾਡੇ ਸਾਹਮਣੇ ਮੈਂ ਰੱਖਣ ਲੱਗਿਆ। ਆਹ ਫਾਈਲ ਲੈ ਕੇ ਆਇਆ ਜੀ ਮੈਂ ਤੁਹਾਡੇ ਅੱਗੇ। ਇਹ ਬੜੀ ਕੀਮਤੀ ਅਤੇ ਵਧੀਆ ਫਾਈਲ ਹੈ ਜਿਹਦੀ ਕਾਪੀ ਤੁਹਾਨੂੰ ਕੁਛ ਇਹਦੇ 'ਚੋਂ ਮੈਂ ਤੁਹਾਨੂੰ ਦੇ ਦੂੰਗਾ। ਇਹ ਫਾਈਲ ਤਿਆਰ ਵੀ ਕੀਤੀ ਹੈ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ। ਇਹ ਫਾਈਲ ਤਿਆਰ ਹੋਣੀ ਸ਼ੁਰੂ ਹੋਈ ਜਦੋਂ ਆਪ ਦੀ ਸਰਕਾਰ ਬਣੀ 2022 'ਚ, ਅਤੇ 24 'ਚ ਇਹ ਮੁਕੰਮਲ ਹੁੰਦੀ ਹੁੰਦੀ ਇਹ ਰੰਗ ਵੀ ਲੈ ਕੇ ਆਈ। ਔਰ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਇੱਕ ਜਿਹੜਾ ਕਾਂਗਰਸ ਦਾ MLA ਰਾਜਕੁਮਾਰ ਚੱਬੇਵਾਲ ਸਾਹਿਬ, ਨਤੀਜਾ ਇਹ ਨਿਕਲਿਆ ਕਿ ਚੱਬੇਵਾਲ ਸਾਹਿਬ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ। ਨਿਰਮਾ ਡਿਟਰਜੈਂਟ ਪਾਊਡਰ ਫੇਲ ਹੋ ਗਿਆ। ਹੁਣ ਵਧੀਆ ਸਫੇਦੀ ਵਾਸਤੇ ਕਿਵੇਂ ਕਰਪਸ਼ਨ 'ਚ ਲੱਤਪੱਤ ਲੋਕ, ਕਿਵੇਂ ਉਹਨੂੰ ਸਾਫ਼ ਕਰਕੇ, ਜੇ ਵਾਸ਼ਿੰਗ ਮਸ਼ੀਨ ਵਧੀਆ ਚਾਹੀਦੀ ਹੈ ਤਾਂ ਭਾਈ ਹੁਣ ਸਾਰੀਆਂ ਵਾਸ਼ਿੰਗ ਮਸ਼ੀਨਾਂ ਫੇਲ ਹੋ ਗਈਆਂ। ਇਕੱਲਾ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਬਣਾਈ ਹੋਈ ਆਪ ਡਿਟਰਜੈਂਟ ਪਾਊਡਰ ਅਤੇ ਆਪ ਵਾਸ਼ਿੰਗ ਮਸ਼ੀਨ ਵਰਤੋ ਅਤੇ ਐਨ ਸਾਫ਼ ਧੋਤੇ ਬਾਹਰ ਨਿਕਲੋ। ਔਰ ਮੈਂ ਗੱਲ ਕਿਉਂ ਕਹਿ ਰਿਹਾ, ਕਿਉਂਕਿ ਦੇਖੋ ਇਹ ਚੱਬੇਵਾਲ ਸਾਹਿਬ ਤੇ ਤੁਸੀਂ ਹੈਰਾਨ ਹੋਵੋਗੇ, ਮੈਂ ਤਾਂ ਪੜ੍ਹ ਪੜ੍ਹ ਕੇ ਚਿੱਠੀ ਨੂੰ ਹੈਰਾਨ ਹੋਣਾ। ਜਿਹੜੇ ਬੰਦੇ ਨੂੰ ਸੈਕਸ਼ਨ 7-7A ਸੈਕਸ਼ਨ 13 ਕ੍ਰਿਮੀਨਲ ਮਿਸਕੌਂਡਕਟ ਬਾਏ ਪਬਲਿਕ ਸਰਵੈਂਟ ਪ੍ਰਵੈਂਸ਼ਨ ਆਫ ਕਰਪਸ਼ਨ ਐਕਟ ਥੱਲੇ 409 ਥੱਲੇ 10 ਸਾਲ ਦੀ ਸਜ਼ਾ, ਸੈਕਸ਼ਨ 409 ਕ੍ਰਿਮੀਨਲ ਬ੍ਰੀਚ ਆਫ ਟਰੱਸਟ ਬਾਏ ਪਬਲਿਕ ਸਰਵੈਂਟ ਜਿਹ 'ਚ 10 ਸਾਲ ਦੀ ਸਜ਼ਾ, ਸੈਕਸ਼ਨ 420 ਆਫ IPC ਚੀਟਿੰਗ ਅਤੇ ਡਿਸਓਨੈਸਟੀ ਇਨਕਲੂਡਿੰਗ ਡਿਲੀਵਰੀ ਆਫ ਪ੍ਰੋਪਰਟੀ ਅਤੇ ਹੋਰ ਬੜਾ ਕੁਝ ਜੋ ਚੀਟਿੰਗ ਫੋਰਜਰੀ ਹੁੰਦੀ ਹੈ, 465 ਆਫ IPC ਫੋਰਜਰੀ ਕਰਨੀ, 467 ਆਫ IPC ਜਿਹੜਾ ਫਿਰ ਡਾਕੂਮੈਂਟਸ ਫੋਰਜ ਕਰਨੇ, ਔਰ 471 ਜੇ ਤੁਸੀਂ ਇਹਨਾਂ ਸਾਰੀਆਂ ਸੈਕਸ਼ਨਾਂ ਦੀਆਂ ਸਜ਼ਾਵਾਂ ਪੜ੍ਹੋ ਤਾਂ ਘੱਟੋ ਘੱਟ 10 ਸਾਲ, 5 ਸਾਲ, 7 ਸਾਲ ਇਹ 'ਚ ਸਜ਼ਾ ਬਣਦੀ ਸੀ। ਇਹ ਰਿਪੋਰਟ ਕਿਹਨੇ ਬਣਾਈ? ਰਿਪੋਰਟ 'ਚ, ਇਨਕੁਆਇਰੀ ਰਿਪੋਰਟਾਂ 'ਚ BDO ਮਾਲਪੁਰ, BDO ਹੁਸ਼ਿਆਰਪੁਰ 2 ਜਿਹੜੇ ਇਨਕੁਆਇਰੀ ਕਰਕੇ ਇਹ ਸਾਬਤ ਕਰ ਰਹੇ ਹੈ ਕਿ ਆਹ ਚੱਬੇਵਾਲ ਸਾਹਿਬ, ਆਹ ਇਹਨਾਂ ਦੇ ਫੌਰਜ ਸਿਗਨੇਚਰ ਆ, ਵਿਖਾ ਦੀ ਮੇਰਾ ਵੀ, ਆਹ ਬਾਅਦ 'ਚ ਵਿਖਾਈ ਨਾ, ਅਨਮੋਲ ਹੀਰਾ ਜਿਹੜਾ ਚਲੇ ਗਿਆ ਉਹ ਬਾਅਦ 'ਚ ਵਿਖਾ ਦੀ, ਆਹ ਚਿੱਠੀ ਵਿਖਾ, ਆਹ ਇਹ ਨਹੀਂ, ਇਹ ਅਗਲੀ ਦਿਖਾ, ਅਗਲੀ ਮੇਰਾ ਵੀ, ਅਗਲੀ ਨੈਕਸਟ ਨੈਕਸਟ, ਚਲੋ ਮੈਂ ਪੜ੍ਹ ਦਿੰਦਾ ਤੁਹਾਨੂੰ, ਮੈਂ ਦੇ ਦੂੰ, ਆਹ 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 ਦਿਖਾਈ ਚਿੱਠੀ ਪਿਛਲੀ, ਚੱਲ ਆਹ ਰਾਜਕੁਮਾਰ ਚੱਬੇਵਾਲ ਆਹ ਥੱਲੇ, ਚਲੋ ਆਹ ਮੈਂ ਦਊਂਗਾ ਤੁਹਾਡੇ ਕੋਲ ਮਿਸਿੰਗ, ਆਹ ਚਿੱਠੀ ਮੈਂ ਦੇ ਰਿਹਾ ਜੀ। ਜਦੋਂ ਇਹ ਉਹ ਪੈਸੇ ਨੇ, ਇੱਕ ਤਾਂ ਹੁੰਦਾ ਕੋਈ ਬੈਂਕ ਲੁੱਟੇ, ਗਲਤ ਤਾਂ ਕੰਮ ਉਹ ਵੀ ਹੈ, ਇੱਕ ਹੁੰਦਾ ਕੋਈ ਅਮੀਰ ਨੂੰ ਲੁੱਟੇ। ਜੇ ਇਸ MLA ਨੇ ਵੀਕਸਟ ਆਫ ਦਾ ਵੀਕਸਟ
ਪੂਅਰੈਸਟ ਆਫ ਦਾ ਪੂਅਰ, ਜਿਹੜਾ ਸਭ ਤੋਂ ਗਰੀਬ ਸੀ, ਜਿਨ੍ਹਾਂ ਨੂੰ 4600 ਘਰਾਂ ਨੂੰ ਕੱਚੇ ਮਕਾਉਣ ਦੀ ਛੱਤਾਂ ਨੂੰ ਪੱਕੇ ਕਰਨ ਵਾਸਤੇ 10,000 ਤੋਂ ਵੱਧ 35,000 ਰੁਪਈਆ, ਓਨਲੀ 4601 ਬੈਨੀਫਿਸ਼ਰੀ 2021 'ਚ ਜਿਨ੍ਹਾਂ ਨੂੰ ਪੈਸੇ ਜਾਣੇ ਸੀ ਉਹਨਾਂ ਨਾਲ ਠੱਗੀ ਠੋਰੀ ਮਾਰੀ, ਉਹਨਾਂ ਨਾਲ ਫਰੋਡ ਕੀਤਾ, ਚੀਟਿੰਗ ਕੀਤੀ। ਔਰ ਇਹਦੀ ਚਿੱਠੀ ਕਿਹਨੇ ਲਿਖੀ? ਹਰਿਮੰਦਰ ਸੰਧੂ, ਜਿਹੜਾ ਇਹਨਾਂ ਦੇ ਖਿਲਾਫ ਚੱਬੇਵਾਲ ਸਾਹਿਬ ਦੇ ਖਿਲਾਫ ਇਲੈਕਸ਼ਨ ਲੜਦੇ ਹੈ, ਉਹਨੇ ਚਿੱਠੀ ਲਿਖੀ ਆਮ ਆਦਮੀ ਪਾਰਟੀ ਵਾਲੇ ਨੇ। ਕਿਹਨੂੰ? ਮੁੱਖ ਮੰਤਰੀ ਸਾਹਿਬ ਨੂੰ। ਕਹਿਣ ਦਾ ਭਾਵ ਕਿ ਇਨਕੁਆਇਰੀ ਕਰਾਈ ਕਿਹਨੇ? ਚੀਫ ਮਿਨਿਸਟਰ ਸਾਹਿਬ ਨੇ ਆਪ, ਅਤੇ ਉਹ ਸਰੋਪਾ ਵਹੀਂ ਕਿਹੜਾ ਪਾਇਆ ਦਿਖਾਈ? ਆਹ ਸਰੋਪਾ ਪਾਉਂਦਿਆਂ ਦੀ ਫੋਟੋ ਵੇਖੋ ਕਿੱਡੀ ਸੋਹਣੀ ਲੱਗ ਰਹੀ ਹੈ, ਆਹ ਵਿਖਾਈ। ਔਰ ਇਹ ਜੁਆਇਨਿੰਗ 'ਚ ਕਿਤੇ ਨਾ ਸਮਝ ਲਿਓ ਇਹਦਾ ਹੱਥ ਹੈ ਇਕੱਲੇ ਦਾ, ਇਹ ਤਾਂ ਇਨਕੁਆਇਰੀ ਅਫਸਰ ਸੀ, ਉਹਨੇ ਫਾਈਲ ਰੱਖੀ ਚੱਬੇਵਾਲ ਸਾਹਿਬ ਅੱਗੇ, ਕਹਿੰਦਾ ਆ ਗਏ ਜੀ ਸਾਰੇ ਤੱਥ। ਜੀ 'ਚ ਕੌਣ ਲਿਖ ਰਿਹਾ ਹੈ? BDPO, DC, IG, DIG, SSP, ਮਤਲਬ ਸਭ ਦੀ ਚਿੱਠੀ ਲਿਖੀ ਹੈ ਕਿ ਓਪਨ ਐਂਡ ਸ਼ਟ ਕੇਸ ਔਰ ਫੋਰਜਰੀ ਆਫ ਡਾਕੂਮੈਂਟਸ ਹੈ, ਸਰਕਾਰੀ ਡਾਕੂਮੈਂਟਸ, ਫੋਰਜਰੀ ਗਰੀਬ ਲੋਕਾਂ ਨਾਲ, ਫੋਰਜਰੀ ਉਹਨਾਂ ਨਾਲ ਕਿ ਜਿਨ੍ਹਾਂ ਦੇ ਪੱਕੇ ਮਕਾਨ ਸੀ ਉਹਨਾਂ ਨੂੰ ਚੈੱਕ ਦੇ ਤੇ ਉਹਨਾਂ ਦਾ ਬੈਨੀਫਿਸ਼ਰੀ ਉਹ ਬਣਦੇ ਹੀ ਨਹੀਂ ਸੀ, ਜਿਨ੍ਹਾਂ ਦਾ ਹੱਕ ਬਣਦਾ ਸੀ ਉਹਨਾਂ ਦਾ ਹੱਕ ਮਾਰ ਲਿਆ, ਝੂਠੇ ਬੰਦੇ ਖੜ੍ਹੇ ਕਰ ਲਏ, ਮਤਲਬ ਹਰ ਤਰੀਕੇ ਦੀ ਜੋ ਠੱਗੀ ਹੋ ਸਕਦੀ ਮਾਰਨ ਵਾਲੇ ਨੂੰ, ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਨੂੰ ਕਲੀਨ ਚਿੱਟ ਦੇ ਕੇ, ਨਿਰਮਾ ਵਾਸ਼ਿੰਗ ਪਾਊਡਰ ਨਹੀਂ, ਆਪ ਵਾਸ਼ਿੰਗ ਪਾਊਡਰ ਨਾਲ ਧੋ ਕੇ, ਆਪ ਦੀ ਵਾਸ਼ਿੰਗ ਮਸ਼ੀਨ 'ਚੋਂ ਕੱਢ ਕੇ ਅੱਜ ਉਹਨੂੰ ਕਲੀਨ ਚਿੱਟ ਦੇ ਦਿੱਤੀ। ਕਮਾਲ ਦੀ ਗੱਲ ਇਹ ਹੈ, ਜਿਹਨੂੰ ਅੰਦਰ ਜਾਣਾ ਚਾਹੀਦਾ ਸੀ ਔਰ ਜਿਹਦੇ ਖਿਲਾਫ਼ ਇਨਕੁਆਇਰੀ ਇਹ ਆਪ ਕਰਾ ਰਹੇ ਸੀ, ਆਪ ਇਹਨਾਂ ਸ਼ਿਕਾਇਤ ਕਰਤਾ ਵੀ ਕੌਣ? ਪਿੰਡਾਂ ਦੇ ਪੰਚ ਸਰਪੰਚ। ਇਹਤੇ ਮੈਂ ਘੱਟੋ ਘੱਟ 15-20 ਸ਼ਿਕਾਇਤ ਕਰਤਿਆਂ ਦੀ ਤੁਹਾਨੂੰ ਐਪਲੀਕੇਸ਼ਨ ਲਾਈ ਹੈ, ਜਿਹੜੇ ਇਹ ਕਹਿੰਦੇ, ਇਹਨਾਂ ਦੀ ਲਿਸਟ ਹੈ ਜੀ, ਆਹ ਜੋਤੀ, ਰੀਨੂ, ਰੀਨਾ ਰਾਣੀ, ਹਰਜਸ, ਕਰਮਜੀਤ ਸਿੰਘ, ਕਈ ਮੌਜੂਦਾ ਸਾਬਕਾ ਸਰਪੰਚ ਸਾਹਿਬਾਨ ਜਿਨ੍ਹਾਂ ਨੇ ਕਿਹਾ ਇਹ ਗੱਲ ਕਿ ਦੇਖੋ ਤੁਸੀਂ ਵੀ ਇਸ ਗੱਲ ਨੂੰ ਸਿਆਣੇ ਹੋਣੇ, ਔਰ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਉਸ ਵੇਲੇ। ਮਗਰ ਉਸ ਵੇਲੇ ਇਲੈਕਸ਼ਨ, ਕਿਉਂਕਿ DC ਇਹਨਾਂ ਦਾ ਲਾਇਆ ਸੀ, ਉਹਨੇ ਖੁਰਤਬੁਰਤ ਕਰਤੀ, ਉਹ ਕੋਈ ਉਹਦੇ 'ਤੇ ਵੀ ਕਾਰਵਾਈ ਬਣਦੀ ਆ ਕਿ ਪੋਲ ਕੋਡ ਵਾਇਲੇਸ਼ਨ ਹੋ ਰਹੀ ਸੀ, ਅੱਜ ਵੀ ਪੋਲ ਕੋਡ ਲੱਗਿਆ, ਅੱਜ ਵੀ ਇਹ ਜੀ ਵਾਇਲੇਸ਼ਨ ਮੌਜੂਦਾ ਸਰਕਾਰ ਕਰ ਰਹੀ ਆ। ਦੂਜੀ ਗੱਲ ਕਮਾਲ ਦੀ ਕਿ ਜਿਹਨੇ DC ਸਾਹਿਬ ਨੇ ਇਹਨਾਂ ਦੇ ਖਿਲਾਫ਼ ਐਕਸ਼ਨ ਦੀ ਮੰਗ ਕੀਤੀ, ਉਸ DC ਸਾਹਿਬ ਨੂੰ, ਸੰਦੀਪ ਹੰਸ ਨੂੰ, 3 ਇੰਪੋਰਟੈਂਟ ਪੋਰਟਫੋਲੀਓ ਮੌਜੂਦਾ ਸਰਕਾਰ ਨੇ ਦਿੱਤੇ ਹੋਏ ਆ, ਮਤਲਬ ਇਹਦੇ 'ਚ ਆਪੋਜੀਸ਼ਨ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ, ਸ਼ਿਕਾਇਤ ਕਰਤਾ ਵੀ ਆਪ, ਜਿਹੜੇ ਅਫਸਰਾਂ ਨੇ ਇਨਕੁਆਇਰੀ ਕੀਤੀ ਉਹ ਵੀ ਇਹਨਾਂ ਦੀ ਸਰਕਾਰ ਸਮਝਦੀ ਹੈ ਚੰਗੇ ਅਫਸਰ ਆ, ਉਹਨਾਂ ਨੂੰ ਚੰਗੇ ਮਹਿਕਮੇ ਦਿੱਤੇ ਹੋਏ, 3 charges ਇੰਪੋਰਟੈਂਟ ਚਾਰਜ ਮਿਲੇ ਹੋਏ ਆ। ਆਹ ਦੇਖੋ ਆਹ ਉੱਤੇ ਚਿੱਠੀ ਆ ਜੀ, ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤੀ ਅਫਸਰ, ਇਹ ਬਲਾਕ ਹੁਸ਼ਿਆਰਪੁਰ, ਤੁਹਾਨੂੰ ਵੀ ਪਤਾ ਇਹਦੇ 'ਤੇ ਕਦੇ MLA ਦੇ ਸਾਈਨ ਹੋ ਸਕਦੇ ਆ? ਆਹ ਥੱਲੇ MLA ਦੇ ਸਾਈਨ ਕੀਤੇ ਹੋਏ, ਬੈਨੀਫਿਸ਼ਰੀ ਦਾ ਨਾਂ ਲਿਖਿਆ ਹੋਇਆ, ਉਹਦੀ ਰਕਮ ਲਿਖੀ ਹੋਈ 15,000 ਰੁਪਈਆ। ਫਿਰ ਕਮਾਲ ਦੀ ਗੱਲ ਇਹ ਹੈ ਕਿ ਚੱਬੇਵਾਲ ਸਾਹਿਬ ਨੇ, ਕਿਉਂਕਿ ਕਈਆਂ ਨੂੰ ਜਦ ਪੈਸੇ ਨਹੀਂ ਮਿਲੇ ਉਹਨਾਂ ਨੇ ਚੱਬੇਵਾਲ ਨੂੰ ਘੇਰਨਾ ਸ਼ੁਰੂ ਕਰਤਾ, ਬਣ ਗਿਆ MLA ਅਤੇ ਚਾਤਰ ਬਣਿਆ,
ਇਹਨੇ ਇਕੱਠੇ ਕੀਤੇ ਸਾਰੇ, ਕਹਿੰਦਾ ਆਪਾਂ ਐਂ ਕਰਦੇ ਹਾਂ ਜੀ ਡੀਸੀ ਦੇ ਦਫ਼ਤਰ ਲਾ, ਡੀਸੀ ਦੇ ਧਰਨਾ ਲਾਵਾਂਗੇ। ਡੀਸੀ ਦੇ ਜਾਂਦੇ ਆ ਧਰਨਾ ਲਾਉਂਦੇ ਆ 20-5-22 ਨੂੰ, ਆਹ ਚਿੱਠੀ ਆ ਡੀਸੀ ਨੂੰ। ਡੀਸੀ ਦੇ ਧਰਨਾ ਲਾ ਕੇ ਕਹਿੰਦੇ ਕਿ ਆਹ ਪੈਸੇ ਜਾਰੀ ਹੋਏ ਸੀ ਕਾਂਗਰਸ ਵੇਲੇ, ਅਤੇ ਇਹ ਪੈਸੇ ਆਹ ਲਾਭਪਾਤਰੀਆਂ ਨੂੰ ਮਿਲੇ ਨਹੀਂ, ਤੁਸੀਂ ਪੈਸੇ ਜਾਰੀ ਕਰੋ ਜਾਂ ਇਨਕੁਆਇਰੀ ਕਰਾਓ। ਮਗਰ ਡੀਸੀ ਸਮਝਦਾਰ ਸੀ, ਉਹ ਵੀ ਮੈਨੂੰ ਜੋ ਲੱਗਦਾ ਐਸੀ ਭਾਈਚਾਰੇ ਨਾਲ ਸੰਬੰਧਿਤ ਰੱਖਦੇ ਆ, ਉਹਨਾਂ ਦਾ ਇਸ ਗੱਲ ਤੋਂ ਦਿਲ ਕਿਤੇ ਦੁਖੀ ਹੋਇਆ ਹੋਣਾ ਕਿ ਗਰੀਬਾਂ ਨਾਲ ਹੀ ਠੱਗੀ ਠੋਰੀ। ਉਸ ਡੀਸੀ ਨੇ ਅੱਛਾ ਨਾਲ ਹੀ ਆਪਦੀ ਚਿੱਠੀ ਲਾਤੀ ਪਿੱਛੇ ਫੋਰਜਰੀ ਵਾਲੀ, ਫਿਰ ਇਹ ਕਮਲੇ ਚੋਰ ਜਿੱਦਾਂ ਚੋਰੀ ਕਰਦਾ ਗਲਤੀ ਵੀ ਕਰਦਾ, ਆਹ ਉਹਦਾ ਮੈਮੋਰੈਂਡਮ ਹੈ ਟੂ ਡੀਸੀ, ਪਿੱਛੇ ਚਿੱਠੀ ਲੱਗੀ ਹੈ ਅਤੇ ਆਪਦੀ ਘੁੱਗੀ ਮਾਰੀ ਹੈ। ਡੀਸੀ ਉਦੋਂ ਹੀ ਕਾਗਜ਼ ਵੇਖਦਾ ਸਮਝ ਗਿਆ ਅਤੇ ਡੀਸੀ ਨੇ ਇਹਨੂੰ ਚਿੱਠੀ ਲਿਖੀ, ਇਹ ਆਫਿਸ ਆਫ ਡੈਪਟੀ ਕਮਿਸ਼ਨਰ, ਆਹ ਚਿੱਠੀ ਹੈ ਜੀ, ਆਹ ਇਹ ਚਿੱਠੀ ਹੈ 20-5-22 ਨੂੰ, ਉਸੇ ਦਿਨ ਡੀਸੀ ਲਿਖਦਾ ਚਿੱਠੀ ਸਾਰੀ ਦੇ ਕੇ ਉਹਦੇ 'ਚ ਮੈਮੋਰੈਂਡਮ ਟੂ ਰਿਲੀਜ਼ ਮਨੀ ਐਲੋਕੇਟਡ ਟੂ ਕੋਨਸਟੀਟੂਐਂਸੀ ਆਫ ਚੱਬੇਵਾਲ ਫੋਰ ਦਾ ਰਿਪੇਅਰ ਆਫ ਰੂਫਸ, ਸਾਰਾ ਅਮਾਊਂਟ ਪਾ ਕੇ ਅਖੀਰ 'ਚ ਬੜੀ ਇੰਪੋਰਟੈਂਟ ਗੱਲ ਹੈ ਜੋ ਮੈਂ ਪੜ੍ਹਨ ਲੱਗਿਆ, ਆਈ ਵੁੱਡ ਆਲਸੋ ਲਾਈਕ ਟੂ ਬ੍ਰਿੰਗ ਟੂ ਯੋਰ ਕਾਈਂਡ ਨੋਟਿਸ ਦੈਟ ਦ ਸੈਂਕਸ਼ਨ ਲੈਟਰ ਇਨਕਲੋਜ਼ਡ ਵਿਦ ਯੋਰ ਮੈਮੋਰੈਂਡਮ ਇਜ਼ ਵਿਦਆਊਟ ਅ ਡਿਸਪੈਚ ਨੰਬਰ ਐਂਡ ਇਜ਼ ਫੋਰਜਡ ਐਂਡ ਫੇਕ, ਅ ਕੰਪਲੇਂਟ ਇਨ ਦਿਸ ਰਿਗਾਰਡ ਵਾਜ ਮੇਡ ਟੂ ਸੀਨੀਅਰ ਸੁਪਰਿਟੈਂਡੈਂਟ ਆਫ ਪੁਲਿਸ ਬਾਏ ਦਾ ਦੈਨ BDPO ਹੁਸ਼ਿਆਰਪੁਰ ਟੂ ਕਾਪੀ ਇਨਕਲੋਜ਼ਡ, therefore in given circumstances it is not possible to direct the BDO to spend the money for the said purpose. A DC Hoshiarpur Sandeep Hans Raj Kumar Chabbewal nu jawab de reha aur keh reha hai ki thodiyan chitthiyan forged ne fake ne, matlab fabrication of sarkari document, matlab eh to vaddi fabrication te forgery ki ho sakdi hai ਜਿਹਦੇ 'ਚ ਇਹਨੂੰ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਸੀ, ਉਹਦੀ ਜਗ੍ਹਾ ਇਹਨੂੰ ਇਨਾਮ ਮਿਲਿਆ ਕਿ ਇਹ ਹੁਣ ਲੋਕ ਸਭਾ ਦਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੋਣਾ। ਆਹ BDPO ਦੀ ਰਿਪੋਰਟ ਹੁਣ ਮੈਂ ਪੜ੍ਹ ਰਿਹਾ, BDPO ਮਾਲਪੁਰ ਇਨਕੁਆਇਰੀ ਰਿਪੋਰਟ, ਆਹ ਲਓ ਜੀ, ਇਹ ਤਰੀਕ ਹੈ ਜੀ 12-9-22, ਉਹਦੇ 'ਚ ਕੀ ਕਹਿ ਰਿਹਾ ਜੀ, ਐਪਲੀਕੇਸ਼ਨ ਰਿਗਾਰਡਿੰਗ taking strict legal action against Dr. Raj Kumar, MLA of Chabbewal constituency Punjab for fake and forging government documents regarding distribution of government grant to 4601 families amounting to almost 4.95 crore ya 5 crore de nede under Punjab Nirman program for repair of roofs of houses of poor people in block Hoshiarpur 2 and Mailpur district Punjab. Eh sari ohne chitthi agge likh ke aa beneficiaryan de naam paaye, matlab eh detailed inquiry karke agge main ek line ohde chu padhunga, ਉਕਤ ਵਿਅਕਤੀਆਂ ਨੂੰ ਮਿਤੀ 31-12-2021 ਨੂੰ ਬਿਨਾਂ ਡਿਸਪੈਂਡ ਨੰਬਰ ਸੈਕਸ਼ਨ ਪੱਤਰ ਦਿੱਤੇ ਗਏ ਸਨ, ਬਿਨਾਂ ਡਿਸਪੈਚ ਨੰਬਰ ਸੈਕਸ਼ਨ ਪੱਤਰ ਦਿੱਤੇ ਗਏ ਸਨ ਜੋ ਕਿ ਇਸ ਦਫ਼ਤਰ ਵੱਲੋਂ ਜਾਰੀ ਨਹੀਂ ਹੋਏ ਸਨ। ਉਕਤ ਪੱਤਰ ਜਿਨ੍ਹਾਂ ਉੱਪਰ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਹਸਤਾਖਰ ਹਨ,
ਅਤੇ ਨਿਮਨ ਹਸਤਾਖਰ ਦੇ ਜਾਲੀ ਹਸਤਾਖਰ ਕੀਤੇ ਗਏ ਆ। ਮਤਲਬ ਉਹ ਆਪ ਕਹਿ ਰਿਹਾ ਕਿ ਇਹ ਸਰ ਮੇਰੇ ਸਿਗਨੇਚਰ ਵੀ ਫੋਰਜਡ ਔਰ ਚੱਬੇਵਾਲ ਦੇ ਫੋਰਜਡ। ਮਤਲਬ ਇੱਕ ਐਮ ਐਲ ਏ ਹੂ ਨੋਸ ਜੋਲੀ ਵੈਲ, ਉਹਨੂੰ ਪਤਾ ਇਸ ਗੱਲ ਦਾ ਕਿ ਬੀ ਡੀ ਪੀ ਓ ਤੋਂ ਜਿਹੜਾ ਵੀ ਕਾਗਜ਼ ਜਾਰੀ ਹੁੰਦਾ ਉਹ 'ਚ ਐਮ ਐਲ ਏ ਦੇ ਸਾਈਨ ਨਹੀਂ ਹੁੰਦੇ, ਉਹ ਫੋਰਜਰੀ ਕਰ ਰਿਹਾ। ਔਰ ਫੋਰਜਰੀ ਇਕੱਲੇ ਆਪਣੇ ਸਾਈਨ ਦੀ ਨਹੀਂ ਕਰ ਰਿਹਾ, ਬੀ ਡੀ ਓ ਦੀ ਵੀ ਕਰ ਰਿਹਾ, ਕਈ ਅਫਸਰਾਂ ਦੀ ਫੋਰਜਰੀ ਕਰਨ ਵਾਲਾ। ਉਹਨੇ ਕਿਹੜਾ ਚੰਗਾ ਕੰਮ ਕੀਤਾ ਇਹ ਤਾਂ ਹੁਣ ਭਗਵੰਤ ਮਾਨ ਹੀ ਦੱਸ ਸਕਦਾ ਕਿ ਉਹਨੂੰ ਆ ਵਾਸ਼ਿੰਗ ਪਾਊਡਰ 'ਚੋਂ ਕੱਢ ਕੇ ਸਿੱਧੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਕਰਤਾ। ਫਿਰ ਅਗਲਾ 12/9/22 ਇਹ ਦੂਜਾ ਬੀ ਡੀ ਓ, ਪਹਿਲਾਂ ਮਾਲਪੁਰ ਵਾਲੇ ਦੀ ਚਿੱਠੀ, ਹੁਣ ਬੀ ਡੀ ਓ ਹੁਸ਼ਿਆਰਪੁਰ 2 ਦੀ ਚਿੱਠੀ, ਉਹ ਵੀ ਇਹਦੀ ਫੋਰਜਰੀ, ਸਾਰੇ ਕਾਗਜ਼ ਵਿੱਚ ਲਾ ਕੇ ਇਨਕੁਆਇਰੀ ਰਿਪੋਰਟ ਹੈ ਜੀ ਇਹ, ਆਫਟਰ ਗੋਇੰਗ ਥਰੂ ਫੈਕਟਸ ਐਂਡ ਫਿਗਰਸ। ਇਨਕੁਆਇਰੀ ਕਰਨ ਤੋਂ ਬਾਅਦ ਉਹਨੇ ਆਹ ਚਿੱਠੀ ਬਣਾਈ ਆ ਜਿਹ 'ਚ ਲਿਖਦਾ ਹੈ, ਵਿਸ਼ੇ ਅਧੀਨ ਸ਼ਿਕਾਇਤ ਦਾ ਮਾਮਲਾ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਦੇ ਸੰਬੰਧ ਵਿੱਚ ਮਿਤੀ 3/2/22 ਨੂੰ ਆਨਲਾਈਨ ਸ਼੍ਰੀ ਨਰਿੰਦਰਪਾਲ ਪੁੱਤਰ ਰਾਮ ਸਰਨ ਵਾਸੀ ਪਿੰਡ ਘਨੌੜਾ, ਉਹਦਾ ਟੈਲੀਫੋਨ ਨੰਬਰ ਲਿਖਿਆ ਜੀ 9815498719, ਵੱਲੋਂ ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਚੱਬੇਵਾਲ ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਪਿੰਡ ਵਿੱਚ ਲੋਕਾਂ ਨੂੰ ਇੱਕ ਚਿੱਠੀ ਚੈੱਕ ਦੇ ਕੇ ਕਾਂਗਰਸ ਨੂੰ ਵੋਟਾਂ ਪਾਉਣ ਲਈ ਗੁੰਮਰਾਹ ਕਰ ਰਿਹਾ ਹੈ, ਜੋ ਇਸ ਦਫ਼ਤਰ ਨੂੰ ਮਿਤੀ 7/22 ਨੂੰ ਡਾਇਰੀ ਹੋਇਆ ਸੀ, ਮਤਲਬ ਦਾਇਰ ਹੋਇਆ ਹੋਣਾ ਲਿਖਿਆ, ਮਤਲਬ ਡਾਇਰੀ ਲਿਖਿਆ ਸੀ। ਉਕਤ ਸੈਕਸ਼ਨ ਪੱਤਰ ਮਿਤੀ 30/11/2021 ਨੂੰ ਬਿਨਾਂ ਡਿਸਪੈਚ ਨੰਬਰ ਸੀ। ਤੁਸੀਂ ਇਹ ਗੱਲ ਵੇਖੋ ਕਿ ਇਹ ਸਾਰੀ ਚਿੱਠੀ 'ਚ ਇਨਕੁਆਇਰੀ ਅਫਸਰ ਇਸਟੈਬਲਿਸ਼ ਕਰ ਰਿਹਾ, ਪੋਲ ਕੋਡ ਵਾਇਲੇਸ਼ਨ, ਫੋਰਜਰੀ, ਸਭ ਕੁਛ, ਮਗਰ ਪਤਾ ਨਹੀਂ ਕੀ ਐਡਾ ਰਹਿਮ ਆਇਆ ਕਿ ਜਿਹੜਾ ਬੰਦਾ ਉਹ ਵਿਖਾਈ ਇਹਦੀ ਫੋਟੋ, ਉਹ ਦੂਜੀ ਫੋਟੋ ਵਿਖਾ, ਮੈਂ ਅਗਲੀ ਪੜ੍ਹਦਾ ਲਾਈਨ। ਆਹ ਵੀ ਬੜੀ ਵੈਸੇ ਸੁਣਨ ਵਾਲੀ, ਆ ਵੀ ਸੁਣ ਲਿਓ ਜੀ, ਉਪਰੋਕਤ ਤੱਥਾਂ ਨੂੰ ਇਹ ਬਲਾਕ ਵਿਕਾਸ ਪੰਚਾਇਤ ਅਫਸਰ ਹੁਸ਼ਿਆਰਪੁਰ 2 ਅਖੀਰ 'ਚ ਆਪਦੇ ਤੱਥ ਲਿਖ ਰਿਹਾ, ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਆਪ ਜੀ ਨੂੰ ਸਪਸ਼ਟ ਕੀਤਾ ਜਾਂਦਾ ਹੈ ਕਿ 3 ਗ੍ਰਾਮ ਪੰਚਾਇਤ ਜਿਸ ਵਿੱਚ ਐਮ ਐਲ ਏ ਚੱਬੇਵਾਲ ਵੱਲੋਂ ਦਿੱਤੇ ਮੈਮੋਰੈਂਡਮ ਨਾਲ ਨੱਥੀ ਬੱਸੀ ਦੌਲਤ ਖਾਂ ਦਾ ਸੈਕਸ਼ਨ ਪੱਤਰ ਗ੍ਰਾਮ ਪੰਚਾਇਤ ਘਨੌੜਾ ਪਿੰਡ ਵਾਸੀ ਅਤੇ ਸਰਪੰਚ ਦੀ ਸ਼ਿਕਾਇਤ ਅਤੇ ਨਾਲ ਨੱਥੀ ਸੈਕਸ਼ਨ ਪੱਤਰ ਅਤੇ ਗ੍ਰਾਮ ਪੰਚਾਇਤ ਮੈਮੋਵਾਲ ਦੇ ਸਰਪੰਚ ਦੀ ਸ਼ਿਕਾਇਤ ਅਤੇ ਨਾਲ ਨੱਥੀ ਸੈਕਸ਼ਨ ਪੱਤਰ ਸਾਰੇ ਇਸ ਦਫ਼ਤਰ ਵੱਲੋਂ ਜਾਰੀ ਨਹੀਂ ਹੋਏ ਅਤੇ ਜਾਲੀ ਹਨ, ਜੋ ਕਿ ਵਿਸ਼ੇ ਅਧੀਨ ਕੀਤੀ ਗਈ ਸ਼ਿਕਾਇਤ ਸਹੀ ਪਾਈ ਗਈ ਹੈ। ਇਸ ਤੋਂ ਇਲਾਵਾ ਇਸ ਬਲਾਕ ਵਿੱਚ ਹੋਰ ਵੀ ਪੰਚਾਇਤਾਂ ਵਿੱਚ ਇਹੋ ਜਿਹੇ ਜਾਲੀ ਸੈਕਸ਼ਨ ਪੱਤਰ ਧਿਆਨ ਵਿੱਚ ਆਏ ਹਨ ਅਤੇ ਪਰ ਉਹ ਇਸ ਦੇ ਸੰਬੰਧ ਵਿੱਚ ਕਿਸੇ ਵੱਲੋਂ ਵੀ ਕੋਈ ਵੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਇਸ ਕਰਕੇ ਇਸ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਗ੍ਰਾਂਟ 65 ਪੰਚਾਇਤਾਂ ਵਿੱਚ ਸਾਰੇ ਸੈਕਸ਼ਨ ਪੱਤਰ ਜਾਲੀ ਹੋਣ ਦਾ ਸ਼ੱਕ ਦਾ
ਸ਼ੰਕਾ ਦਾ ਵਿਸ਼ਾ ਹੈ। ਰਿਪੋਰਟ ਆਪ ਜੀ ਦੀ ਅਗਲੇਰੀ ਕਾਰਵਾਈ ਲਈ ਪੇਸ਼ ਹੈ। ਮਤਲਬ ਉਹ ਸਾਰੀ ਵਾਰ ਵਾਰ ਲਿਖ ਰਿਹਾ ਕਿ ਇਹ ਫੌਜਰੀ ਹੈ, ਫੌਜਰੀ, ਔਰ ਇੱਕ ਪੰਚਾਇਤ ਨਹੀਂ 65 ਪੰਚਾਇਤਾਂ ਦਾ ਉਹਦੇ 'ਚ ਜ਼ਿਕਰ ਕਰ ਰਿਹਾ। ਫਿਰ ਝੂਠੇ, ਮਤਲਬ ਇੱਕ ਕਾਗਜ਼ ਨਹੀਂ ਜੀ, ਮੈਂ ਤੁਹਾਡੇ ਕੋਲ ਅੱਜ 500 ਕਾਗਜ਼ ਰੱਖੂ ਜਿੱਥੇ ਚੱਬੇਵਾਲ ਨੇ ਸਰਕਾਰੀ ਕਾਗਜ਼ਾਂ ਨੂੰ ਫੌਜਰੀ ਕੀਤੀ ਹੈ ਅਤੇ ਆਪਦੇ ਸਾਈਨ ਮਾਰੇ ਹੋਏ। ਆਹ ਨੈਕਸਟ ਸਾਈਨ ਆ ਗਿਆ ਜੀ, ਉਹ ਵਿਖਾਈ ਵੀਡੀਓ ਤਦ ਤੱਕ ਇਹਨਾਂ ਦਾ ਮਨੋਰੰਜਨ ਕਰਦੀ ਹੈ। ਆਹ ਸੈਕਿੰਡ ਜੀ ਚਿੱਠੀ, ਇਹ ਥਰਡ ਚਿੱਠੀ, ਇਹ ਮਤਲਬ ਇਹ ਸਾਰੀਆਂ ਉਹਦੀਆਂ ਚਿੱਠੀਆਂ ਹੀ ਨੇ ਜੀ। 1 2 ਆਹ ਸੁਣਿਓ ਚੱਬੇਵਾਲ ਕੀ ਕਹਿੰਦਾ ਹੁਣ। ਲਾਤਾ ਤੈਨੂੰ ਸੰਗਲ ਤਾਂ ਪੈ ਗਿਆ ਭਾਈ ਸਾਹਿਬ ਨੂੰ, ਤਾਲਾ ਲੱਗ ਗਿਆ ਭਾਈ ਸਾਹਿਬ ਨੂੰ ਲਾ ਗਿਆ। ਉਹ ਤਾਲਾ ਤੇ ਸੰਗਲ ਹੋਰ ਕਿਸੇ ਦੇ ਕੰਮ ਨਹੀਂ ਆਇਆ, ਇੱਧਰ ਜ਼ਰੂਰ ਕੰਮ ਆ ਗਿਆ। ਜਿਹੜਾ ਬੰਦਾ, ਕਿਹੜੀ ਤਰੀਕ ਸੀ, ਮੈਂ ਤੈਨੂੰ ਕਿਹਾ ਸੀ ਤਰੀਕ ਦੱਸੀ, ਆਹ 7 ਮਾਰਚ ਨੂੰ ਐਡਾ ਲੰਮਾ ਚੌੜਾ ਭਾਸ਼ਣ ਸਰਕਾਰ ਦੇ ਉਲਟ ਦੇ ਰਿਹਾ ਸੀ, ਉਹਨੂੰ ਕੀ ਇਹ ਜਿਹਾ ਵਿਖਾਇਆ? ਆ ਵਿਖਾਈ ਫਾਈਲ ਕਿ ਪੁੱਤ ਬੰਦੇ ਦਾ ਪੁੱਤ ਬਣ ਜਾ, ਨਹੀਂ ਤਾਂ ਤੇਰਾ ਕੰਮ ਹੋਇਆ ਖੜਾ। ਵੇਖੋ, ਜੇਲ੍ਹ ਤੋਂ ਡਰਦਿਆਂ ਫੌਜਰੀ ਕੀਤੀ ਸੀ, ਔਰ ਕੱਟਣ ਇਮਾਨਦਾਰ ਵਾਲੇ ਵੀ ਜਵਾਬ ਦੇਣ ਨਾ ਕਿ ਜਿਹਦੇ 'ਚ ਇਨਕੁਆਇਰੀ ਰਿਪੋਰਟ ਤੁਹਾਡੀਆਂ, ਸ਼ਿਕਾਇਤ ਕਰਤਾ ਤੁਹਾਡਾ ਹਰਮਿੰਦਰ ਸੰਧੂ ਹਲਕਾ ਇੰਚਾਰਜ ਆਪ, ਉਹ ਸ਼ਿਕਾਇਤ ਕਰਤਾ, ਲੋਕ ਸ਼ਿਕਾਇਤ ਕਰਤਾ, ਗਰੀਬ ਲੋਕ ਸ਼ਿਕਾਇਤ ਕਰਤਾ, ਮਤਲਬ ਬੈਨੀਫਿਸ਼ਰੀ ਸ਼ਿਕਾਇਤ ਕਰਤਾ, DC ਜੀ ਨੂੰ ਤੁਸੀਂ ਅੱਜ 3 ਚਾਰਜ ਦੇਤੇ, ਉਹਦੀ ਇਨਕੁਆਇਰੀ ਰਿਪੋਰਟ। ਫਿਰ ਮੈਂ ਅਗਲੀ ਪੜ੍ਹਦੇ ਹਾਂ, ਇਹ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਤੋਂ DC ਨੂੰ, ਹੁਸ਼ਿਆਰਪੁਰ ਨੂੰ 30/9/22 ਨੂੰ ਚਿੱਠੀ ਲਿਖੀ ਗਈ ਹੈ। ਮੈਂ ਅਖੀਰਲੀ ਲਾਈਨ ਹੀ ਪੜ੍ਹ ਦੂੰਗਾ। ਮਿਤੀ 1/9/22 ਮਾਨਯੋਗ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ ਜਲੰਧਰ ਜੀ ਨੂੰ ਭੇਜਿਆ ਜਾ ਚੁੱਕਿਆ। ਅਗਲੀ ਕਾਰਵਾਈ ਲਈ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਫ਼ਤਰ ਭੇਜਿਆ ਜਾ ਚੁੱਕਿਆ। ਉਹ ਕੀ? ਉਹੀ ਐਪਲੀਕੇਸ਼ਨ ਰਿਗਾਰਡਿੰਗ ਟੇਕਿੰਗ ਸਟ੍ਰਿਕਟ ਲੀਗਲ ਐਕਸ਼ਨ ਅਗੇਂਸਟ ਡਾਕਟਰ ਰਾਜ ਕੁਮਾਰ MLA ਆਫ ਚੱਬੇਵਾਲ ਕੌਂਸਟੀਟੂਐਂਸੀ, ਕਰੋੜਾਂ ਰੁਪਈਆਂ ਦਾ ਘਵਲਾ ਕਰਨ ਵਾਸਤੇ। ਮਤਲਬ ਕਿ DGP ਦੇ ਨੋਟਿਸ 'ਚ ਵੀ, DIG ਨੇ ਵੀ ਇਨਕੁਆਇਰੀ ਰਿਪੋਰਟ ਕਰਤੀ, ਮਤਲਬ ਸਾਰੀ ਜਗ੍ਹਾ ਇਨਕੁਆਇਰੀ ਰਿਪੋਰਟਾਂ ਇਹਦੇ ਉਲਟ ਜਾ ਰਹੀਆਂ। ਫਿਰ ਅਗਲੀ ਚਿੱਠੀ, DC ਹੁਸ਼ਿਆਰਪੁਰ ਹੁਣ ਕਿਹਨੂੰ ਲਿਖ ਰਿਹਾ? ਪ੍ਰਮੁੱਖ ਸਕੱਤਰ ਯੋਜਨਾਬੰਦੀ ਵਿਭਾਗ ਪਲੈਨਿੰਗ, ਕਿਉਂਕਿ ਪੈਸੇ ਪਲੈਨਿੰਗ 'ਚੋਂ ਆਏ ਸੀ, ਉਹਨੂੰ ਚਿੱਠੀ ਲਿਖਤੀ। ਔਰ ਅਖੀਰ 'ਚ ਕੀ ਲਿਖ ਰਿਹਾ? ਸ਼੍ਰੀ ਰਾਜ ਕੁਮਾਰ MLA ਚੱਬੇਵਾਲ ਜੀ ਵੱਲੋਂ ਮਿਤੀ 20/5/22 ਨੂੰ ਨਿਮਨ ਹਸਤਾਖਰ ਨੂੰ ਮੈਮੋਰੈਂਡਮ ਦਿੱਤਾ ਸੀ, ਕਾਪੀ ਨੱਥੀ। ਇਸ ਸੰਬੰਧ ਵਿੱਚ ਨਿਮਨ ਹਸਤਾਖਰ ਵੱਲੋਂ MLA ਸਾਹਿਬਾਨ ਜੀ ਨੂੰ ਭੇਜਿਆ, ਜਵਾਬ ਦੀ ਕਾਪੀ ਵੀ ਨਾਲ ਨੱਥੀ ਕੀਤੀ ਜਾਂਦੀ ਹੈ। ਉਕਤ ਰਾਸ਼ੀ ਪਹਿਲਾਂ ਹੀ ਡਿਪਟੀ ਕਮਿਸ਼ਨਰ ਜੀ ਦੇ ਸਮੇਂ ਦੌਰਾਨ ਦਿੱਤੀ ਗਈ ਸੀ, ਇਸ ਲਈ ਇਸ ਸੰਬੰਧ ਵਿੱਚ ਨਿਮਨ ਹਸਤਾਖਰ ਵੱਲੋਂ ਟਿੱਪਣੀ ਕਰਨੀ ਨਹੀਂ। ਮਗਰ ਉਹਨੇ ਵਿੱਚ ਕੀ ਲਿਖਿਆ? ਉਹੀ ਫੌਜਰੀ, ਉਹਦੀ ਸਾਰੀ ਫੌਜਰੀ ਹਾਈਲਾਈਟ ਕੀਤੀ ਹੈ। ਫਿਰ ਅਗਲੀ ਚਿੱਠੀ, ਇਹ ਲਿਖ ਰਿਹਾ ਜੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ 16/11/22 ਨੂੰ ਅਗੇਨ ਰਿਗਾਰਡਿੰਗ ਟੇਕਿੰਗ ਸਟ੍ਰਿਕਟ ਲੀਗਲ ਐਕਸ਼ਨ
ਅਗੇਂਸਟ MLA ਚੱਬੇਵਾਲ, ਮਤਲਬ ਇੱਕ ਚਿੱਠੀ ਨਹੀਂ ਵੀਡੀਓ ਲਿਖ ਰਿਹਾ, ਇੱਕ ਵੀਡੀਓ ਨਹੀਂ ਦੋ ਵੀਡੀਓ ਲਿਖ ਰਿਹਾ, ਹੁਸ਼ਿਆਰਪੁਰ ਟੂ ਮਹਿਲਪੁਰ, ਫਿਰ DC ਲਿਖ ਰਿਹਾ, ਫਿਰ DGP ਦੇ ਧਿਆਨ 'ਚ ਆ ਰਿਹਾ। ਮਗਰ ਇਹੋ ਜਿਹਾ ਕਿਹੜਾ ਅਨਮੋਲ ਹੀਰਾ ਸੀ, ਇਹ ਤਾਂ ਮੈਨੂੰ ਲੱਗਦਾ ਸਿੰਗਲੇ ਸਾਹਿਬ ਤੋਂ ਵੀ ਕੀਮਤੀ ਹੀਰਾ, ਜਿਹਦੇ ਖਿਲਾਫ਼ ਦੇਖੋ ਇਹ ਕਮਾਲ ਦੀ ਗੱਲ ਦੋ ਨੇ, ਮੁੱਖ ਗਵਾਹੀ ਉਹ ਅਰਵਿੰਦ ਕਿਹੜਾ ਸਿੰਗਲਾ ਸੀ ਯਾਰ, ਉਹ ਵਿਜੇ ਸਿੰਗਲਾ ਜਿਹੜਾ ਫੜਿਆ ਸੀ ਨਾ ਕਿ ਵਿਜੇ ਸਿੰਗਲਾ, ਤੁਸੀਂ ਵੀ ਚੈਨਲਾਂ ਨੇ ਦੇ ਤੇਰੇ ਦੀ ਲੈ ਤੇਰੇ ਦੀ, ਮੰਤਰੀ ਨੇ ਮੁੱਖ ਮੰਤਰੀ ਨੇ ਫੜ ਲਿਆ ਕਰਪਸ਼ਨ ਕਰਦਾ, ਫੜ ਲਿਆ। ਤੁਹਾਨੂੰ ਕਦੇ ਕੇਸ ਜਾ ਕੇ ਵੇਖਿਆ ਅੱਜ ਤੱਕ ਜਿਹੜਾ ਮੁੱਖ ਉਹਦੇ 'ਚ ਗਵਾਹ ਕੌਣ ਹੈ? ਕਿਉਂਕਿ ਆਡੀਓ ਤੁਸੀਂ ਤਾਂ ਸੁਣੀ ਨਹੀਂ ਕਿਸੇ ਨੇ, ਆਡੀਓ ਤਾਂ ਇਕੱਲੀ ਸੁਣੀ ਮੁੱਖ ਮੰਤਰੀ ਸਾਹਿਬ ਨੇ, ਮੁੱਖ ਗਵਾਹ ਨੇ ਅੱਜ ਤੱਕ ਗਵਾਹੀ ਨਹੀਂ ਦਿੱਤੀ, 2.5 ਸਾਲ ਬੀਤ ਗਏ, ਨਾ ਉਹਨੂੰ ਪਾਰਟੀ 'ਚੋਂ ਕੱਢਿਆ। ਪਾਰਟੀ 'ਚੋਂ ਤਾਂ ਕੀ ਕੱਢਣਾ ਸੀ, ਜਿਹੜਾ ਸਰਕਾਰੀ ਪ੍ਰੋਗਰਾਮ ਹੁੰਦਾ ਸਭ ਤੋਂ ਮੁਰੇ ਵਿਜੇ ਸਿੰਗਲਾ, ਕਦੇ ਝੰਡਾ ਲਹਿਰਾਉਂਦੇ ਦੀ ਫੋਟੋ ਆਉਂਦੀ ਹੈ, ਕਦੇ ਜੱਫੀਆਂ ਪਾਉਂਦਿਆਂ ਦੀ ਫੋਟੋ ਆਉਂਦੀ ਹੈ ਮੰਤਰੀਆਂ ਨੂੰ, ਕਦੇ ਸਿਸੋਦੀਏ ਨਾਲ ਉਹਦੀ ਫੋਟੋ ਆਉਂਦੀ ਹੈ, ਜਿਹਨੂੰ ਜੇਲ੍ਹ 'ਚ ਹੋਣਾ ਚਾਹੀਦਾ ਸੀ, ਜਿਹਦੇ ਖਿਲਾਫ਼ ਕਿਉਂਕਿ ਮੁੱਖ ਗਵਾਹ ਕੌਣ, ਸਾਡੇ ਕੱਟਰ ਇਮਾਨਦਾਰ ਚੀਫ ਮਿਨਿਸਟਰ ਸਾਹਿਬ ਆਪ ਸਨ, ਉਹਦੀ ਗਵਾਹੀ ਨਹੀਂ ਅੱਜ ਤੱਕ ਦਿੱਤੀ। ਇਸੇ ਤਰ੍ਹਾਂ ਇਸ ਕੇਸ 'ਚ ਵੀ ਮੁੱਖ ਜਿਹੜਾ ਕੰਪਲੇਨੈਂਟ ਸੀ ਉਹ ਕਿਹਦੇ ਕੋਲ ਗਿਆ, ਚੀਫ ਮਿਨਿਸਟਰ ਸਾਹਿਬ ਕੋਲ, ਅਤੇ ਵਿਜੀਲੈਂਸ ਮਹਿਕਮਾ ਕਿਹਦੇ ਕੋਲ, ਚੀਫ ਮਿਨਿਸਟਰ ਸਾਹਿਬ ਕੋਲ। ਇਹ ਜੁਆਇਨਿੰਗ ਕਿਹਨੇ ਕਰਾਈ, ਦੋ ਬੰਦੇ, ਉਹਨਾਂ ਦੇ ਖਿਲਾਫ਼ ਵੀ ਅੱਜ ਮੈਂ ਇਨਕੁਆਇਰੀ ਦੀ ਡਿਮਾਂਡ ਕਰਦਾ, ਇੱਕ ਤਾਂ ਵਿਜੀਲੈਂਸ ਮਹਿਕਮਾ ਔਰ ਦੂਜਾ ਉਹ ਧੰਨੇ ਦਾ ਕੀ ਨਾਂ ਆ ਜਿਹੜਾ ਲਾਇਆ ਨੇ, ਇੰਦਰਪਾਲ ਸਿੰਘ, ਇੱਕ ਹੁਸ਼ਿਆਰਪੁਰ ਦਾ ਜਿਹੜਾ ਜਿਸ ਜ਼ਿਲ੍ਹੇ ਤੋਂ ਇਹ ਚੱਬੇਵਾਲ ਸਾਹਿਬ ਆਉਂਦੇ, ਇੱਕ ਇੰਦਰਪਾਲ ਸਿੰਘ ਨੇ ਜਿਹਨਾਂ ਨੂੰ ਚੀਫ ਇਨਫੋਰਮੇਸ਼ਨ ਕਮਿਸ਼ਨਰ ਲਾਇਆ, ਆ ਕੌਂਸਟੀਟਿਊਸ਼ਨਲ ਪੋਸਟ 'ਤੇ ਲਾਇਆ, ਲਾਇਆ ਸਿਰਫ ਇਸ ਲਈ ਕਿ ਸ਼ਾਮ ਦੇ ਚੁਟਕਲੇ ਗੱਲੀਬਾਤੀ ਮਹਿਕਮਾ ਉਹਨਾਂ ਦਾ ਵੀ ਕਹਿੰਦੇ ਬੜਾ ਜ਼ਬਰਦਸਤ ਹੈ, ਮੁੱਖ ਮੰਤਰੀ ਸਾਹਿਬ ਦੇ ਲੰਗੋਟੀਆ ਯਾਰ ਨੇ ਜੁਆਇਨਿੰਗ ਉਹਨੇ ਕਰਾਈ ਹੈ, ਇਹ ਫਾਈਲ CM ਨੇ ਧੰਨੇ ਨੂੰ ਦਿੱਤੀ, ਧੰਨਾ ਮਤਲਬ ਇੰਦਰਪਾਲ, ਔਰ ਇੰਦਰਪਾਲ ਨੇ ਮੁੜ ਕੇ ਇਹਨੂੰ ਵਿਖਾ ਦਿੱਤੀ ਅਤੇ ਕਹਿੰਦਾ ਮੈਨੂੰ ਲਈ ਜਾਓ, ਮੈਨੂੰ ਜ਼ਰੂਰੀ ਇੱਥੇ ਛੱਡਣਾ, ਮੈਨੂੰ ਨਾਲ ਹੀ ਲੈ ਜਾਓ, ਤੁਹਾਡਾ ਹੀ ਸੰਗਲਾ ਤੁਹਾਡਾ ਤਾਲਾ ਲਾ ਦਿਓ ਜਿੱਥੇ ਲਾਉਣਾ, ਮੈਂ ਤੁਹਾਡੇ ਨਾਲ ਹੀ ਆਉਣਾ। ਅਤੇ ਕੱਟਰ ਇਮਾਨਦਾਰ ਨਾਲ ਜਾ ਕੇ ਕੱਟਰ ਬੇਈਮਾਨ ਨੇ, ਤੁਸੀਂ ਲਾ ਲਓ ਸਾਹਿਬ ਆ ਐਡੀ ਫਾਈਲ ਹੈ, ਆ ਮੈਂ ਤੁਹਾਨੂੰ ਦੇਈ ਚੱਲਿਆ ਸਾਰਾ ਕੁਛ, ਆਰਾਮ ਨਾਲ ਪੜ੍ਹ ਲਿਓ, ਪੜ੍ਹ ਪੜ੍ਹ ਕੇ ਤੁਸੀਂ ਵੇਖੋਗੇ ਜਿਹੜਾ ਓਪਨ ਐਂਡ ਸ਼ਟ ਕੇਸ ਸੀ ਆਫ ਕਰਪਸ਼ਨ, ਜਿਹਦੇ 'ਚ ਬੰਦੇ ਨੂੰ MLA ਚੱਬੇਵਾਲ ਨੂੰ ਅੰਦਰ ਹੋਣਾ ਚਾਹੀਦਾ ਸੀ। ਅੱਜ ਉਹਦੇ ਬਾਰੇ ਇਹ ਚੀਮਾ ਸਾਹਿਬ ਦੇ ਅਲਫਾਜ਼ ਸੁਣੋ, ਮਾੜਾ ਚੀਮਾ ਸਾਹਿਬ ਨੂੰ ਸੁਣਾਈ, ਪਹਿਲਾਂ ਤਾਂ ਫੋਟੋ ਵਿਖਾ ਦੇ ਮੁੱਖ ਮੰਤਰੀ ਦੀ, ਬਿਲਕੁਲ, ਔਰ ਬਿਹਾਫ ਆਫ ਪਾਰਟੀ, ਆਹ ਵੇਖੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਪਾਰਟੀ, ਹਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਵੱਲੋਂ, ਆਹੋ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਵੱਲੋਂ, ਸਾਡੇ ਸਾਰੇ ਸਮੁੱਚੇ ਸਾਥੀਆਂ ਵੱਲੋਂ, ਕਿ ਬਿਲਕੁਲ ਇਹਨਾਂ ਦਾ ਪਾਰਟੀ ਦੇ ਅੰਦਰ ਮਾਨ ਸਨਮਾਨ, ਇਹਨਾਂ ਦੇ ਸਾਰੇ ਦੋਸਤਾਂ ਮਿੱਤਰਾਂ ਦਾ, ਸਾਰੇ ਕਾਰਜਕਰਤਾਂ ਦਾ, ਅੱਜ ਇਹਨਾਂ ਨੇ ਠੱਗੀ ਮਾਰੀ ਹੈ ਸਭ ਦਾ ਹੀ ਕਰਾਂਗੇ, ਮਾਨ ਸਨਮਾਨ ਜਿਹੜਾ ਬਾਹਰ ਹੋਊਗਾ ਉਸੇ ਤਰ੍ਹਾਂ ਕਾਇਮ ਰਹੇਗਾ, ਔਰ ਬਿਲਕੁਲ ਇਹਨਾਂ ਨੂੰ ਅਸੀਂ ਬਹੁਤ, ਮੈਂ ਸਮਝਦਾ ਉਹ ਸਮਝਦੇ ਕਿ ਅੱਛੇ ਲੀਡਰ ਨੇ ਸਾਡੇ, ਬਹੁਤ ਜਿਹੜੇ ਕਿ ਪਹਿਲਾਂ ਵੀ ਦੋ ਵਾਰ ਚੁਣੇ ਗਏ ਨੇ, ਔਰ ਬੜੇ ਅੱਛੇ ਤਰੀਕੇ ਦੇ ਨਾਲ, ਬੜੇ ਬੇਬਾਕੀ ਦੇ ਨਾਲ ਪੰਜਾਬ ਵਿਧਾਨ ਸਭਾ ਚ, ਕਿਉਂਕਿ ਮੇਰੇ ਨਾਲ ਪਿਛਲੇ ਸਾਲ ਵੀ ਸੀਗੇ, ਪਿਛਲੀ ਟਰਮ ਦੇ ਵਿੱਚ ਵੀ ਸੀਗੇ, ਇਸ ਵਾਰ ਵੀ ਨੇਗੇ, ਬੜੇ ਬੇਬਾਕੀ ਦੇ ਨਾਲ ਪੰਜਾਬ ਦੇ ਮਾਮਲਿਆਂ ਤੇ ਗੱਲ ਵੀ ਕਰਦੇ ਨੇਗੇ। ਸੋ ਇਹਨੂੰ ਵਿਸ਼ਵਾਸ ਦਵਾ ਰਹੇ ਇਹਨਾਂ ਨੂੰ ਕਿ ਇਹਨਾਂ ਦਾ ਬਿਲਕੁਲ ਅਸੀਂ ਮਾਨ ਸਨਮਾਨ ਕਾਇਮ ਰੱਖਾਂਗੇ, ਔਰ ਮੈਂ ਹੁਣ ਐਡਾ ਕਾਬਲ ਬੰਦਾ ਹੈ ਕਿ ਉਹਨਾਂ ਦਾ ਮਾਨ ਸਨਮਾਨ ਬਹਾਲ ਰੱਖੋ, ਪਿਛਲੀ ਵਾਰੀ 4601 ਗਰੀਬ ਠੱਗੇ ਸੀ,
ਸਾਡੇ ਕਹਿੰਦੇ ਆਪ ਦੀ ਸਰਕਾਰ ਵੇਲੇ 10,000 ਨੂੰ ਠਗਾ ਦਿਆਂਗੇ। ਏਡਾ ਮਾਨ ਸਮਾਨ ਇਹੋ ਜਿਹੀ ਭਾਲ ਕਰਨਾ, ਇਹ ਜਿਹਦਾ ਅਗਲਾ ਸੁਣਨਾ ਤੇ ਅਗਲਾ ਕੀ ਕਹਿੰਦਾ ਉਹ ਵੀ ਸੁਣਾ ਮਾੜਾ। ਮੀਰ ਥੇਰ ਸਾਹਿਬ ਦੇਖੋ, ਦੋ ਵਜ਼ੀਰ ਸਿਫਤਾਂ ਕਰ ਰਹੇ ਜਿਹਦੀ ਐਡੀ ਇਨਕੁਆਇਰੀ ਰਿਪੋਰਟ ਇਹਨਾਂ ਨੇ ਆਪ ਬਣਾਈ ਹੈ। ਲਾਲੋ ਸਾਹਿਬ ਕਿੱਡੇ ਇਮਾਨਦਾਰ ਨੇ, ਬਣਾ ਭਾਵੇਂ ਸਰਕਾਰ 'ਚ ਸੀ ਤੇ ਭਾਵੇਂ ਹੁਣ ਪਿਛਲੇ 2 ਸਾਲ ਚੌਕੋ ਜੀ ਹਮੇਸ਼ਾ ਤੱਥਾਂ ਦੇ ਆਧਾਰ ਤੇ ਲੌਜੀਕਲ ਜਿਹੜੀ ਹੈ ਉਹ ਗੱਲ ਕਰਦੇ ਆ ਤੇ ਆਪਣੇ ਹਲਕੇ ਦੇ ਵਿੱਚ ਆਧਾਰ ਰੱਖਣ ਵਾਲੇ ਜਿਹੜੇ ਲੀਡਰ ਨੇ ਤੇ ਲੋਕ ਸਭਾ ਦੀ ਇਲੈਕਸ਼ਨ ਵੀ ਲੜੇ ਆ, ਸੋ ਇਹਨਾਂ ਦੇ ਆਉਣ ਨਾਲ ਕੱਲਾ ਚੱਬੇਵਾਲ ਨਹੀਂ, ਕੱਲਾ ਹੁਸ਼ਿਆਰਪੁਰ ਨਹੀਂ, ਪੂਰੇ ਦੁਆਬੇ ਤੇ ਦੇਸ਼ 'ਚ ਹੀ ਫਾਇਦਾ ਮਿਲਣਾ ਤੁਹਾਨੂੰ। ਪਾਰਟੀ ਨੂੰ ਬਹੁਤ ਵੱਡਾ ਜਿਹੜਾ ਬਲ ਹੈ ਉਹ ਮਿਲੂਗਾ। ਭਗਵੰਤ ਮਾਨ ਜੀ ਦੀ ਜਿਹੜੀ ਟੀਮ ਹੈ ਉਹ ਪੰਜਾਬ ਦੇ ਵਿੱਚ ਹੋਰ ਮਜ਼ਬੂਤ ਹੋਊਗੀ। ਪਿਛਲੇ ਦਿਨ ਵੀ ਜੀਪੀ ਜੀ ਜਿਹੜੇ ਸਾਬਕਾ MLA ਨੇ ਬੱਸੀ ਪਠਾਣਾ ਤੋਂ ਜੁਆਇਨ, ਇਹ ਤਾਂ ਐਂ ਲੱਗਦਾ ਜਿਵੇਂ ਦੋਵਾਂ ਦੀ ਜੇਬ 'ਚ ਪਤਾ ਨਹੀਂ ਕਿੰਨੀਆਂ ਨੋਟਾਂ ਦੀਆਂ ਗੁੱਥੀਆਂ ਪਾਤੀਆਂ, ਜਿਹੜੇ ਝੂਠ ਹੀ ਮਾਰੀ ਜਾਂਦੇ। ਹੁਣ ਮੈਨੂੰ ਪਹਿਲਾਂ ਤਾਂ ਸੀਗਾ ਸ਼ਾਇਦ ਛੋਲੇ ਕੁਲਚੇ ਵਾਲੀ ਕਹਾਣੀ ਇਹਦੀ ਝੂਠੀ ਹੋਣੀ, ਹੁਣ ਮੈਨੂੰ ਵਿਸ਼ਵਾਸ ਹੋ ਗਿਆ ਕਿ ਉਹ ਠੀਕ ਹੀ ਠੀਕ ਹੈ ਜੋ ਮੈਂ ਆਖਿਆ ਸੀ। ਹੈ ਤਾਂ ਇਹਦੀ ਵੀਡੀਓ ਵੀ ਮੇਰੇ ਕੋਲ, ਮਗਰ ਮੈਂ ਰਿਲੀਜ਼ ਕਰੂੰਗਾ 27 'ਚ, ਨਹੀਂ ਤਾਂ ਇਹਨੇ ਹੋਟਲ ਵਾਲਾ ਬੰਦ ਕਰਾ ਦੇਣਾ। ਮਗਰ ਮੈਂ ਟਾਈਮ ਦੱਸ ਦਿੰਦਾ, 3:05 ਤੇ ਉੱਥੇ ਛੋਲੇ ਕੁਲਚੇ ਖਾਧੇ ਸੀ। ਮੈਂ ਟਾਈਮ ਟੂਈਮ ਵੇਖ ਆਇਆ ਸੀ, ਸਾਰਾ ਕੁਝ ਵੇਖ ਆਇਆ ਸੀ। ਹੁਣ ਵੀਡੀਓ ਨਹੀਂ ਦੇ ਸਕਦਾ, ਮਜਬੂਰੀ ਆ, ਮਗਰ ਆ ਛੋਲੇ ਕੁਲਚੇ ਵਾਲਾ ਕਿਸ ਤਰ੍ਹਾਂ ਝੂਠ ਬੋਲਣ ਡਿਆ ਯਾਰ, ਦੱਸੋ ਇਹ ਇਮਾਨਦਾਰ ਹੋ ਗਿਆ। ਕਹਿੰਦਾ ਇਹਦੇ ਨਾਲ ਬਲ ਮਿਲੂ, ਕਿਹਨੂੰ ਬਲ ਮਿਲੂ, ਕਿ ਚੋਰਾਂ ਨੂੰ, ਕਿ ਤੁਹਾਨੂੰ ਠੱਗੀ ਠੋਰੀ ਮਾਰਨ ਦਾ ਮਤਲਬ ਕਿ ਬੰਦਾ ਹੋਰ ਮਿਲ ਗਿਆ ਪਾਰਟੀ ਫੰਡ ਦੇਣ ਵਾਸਤੇ। ਮਾਈਨਿੰਗ ਇਹ ਨਹੀਂ ਰੁਕ ਰਹੀ, ਮੈਨੂੰ ਲੱਗਦਾ ਜੇ ਇੰਨਾ ਹੀ ਬਲ ਦੀ ਲੋੜ ਹੈ ਤੇ ਬੱਸਾਂ ਦੀ ਬਾਡੀ ਵਾਲੇ ਨੂੰ ਵੀ ਲੈ ਆਓ, ਜਿਹਦੇ ਬਾਰੇ ਚੀਫ ਮਿਨਿਸਟਰ ਸਾਹਿਬ ਕਈ ਆਪ ਹੀ ਕਹਿੰਦੇ ਸੀ ਨਾ, ਆਹ ਤੇਰੀ ਫਾਈਲ ਹੈ, ਉਹਨੂੰ ਕਰਦੇ ਸੀ ਕੀ ਨਾਂ, ਰਾਜੇ ਬੜਿੰਗ ਨੂੰ, ਜਿਹਨੇ 800 ਬੱਸਾਂ ਪੰਜਾਬ 'ਚੋਂ ਨਹੀਂ ਤਿਆਰ ਕਰਾਈਆਂ, ਪਹਿਲਾਂ ਬੱਸਾਂ 'ਚ ਤੇਲ ਪਵਾਇਆ, ਬੱਸਾਂ ਪੰਜਾਬ 'ਚੋਂ ਖਰੀਦੀਆਂ, ਤੇਲ ਪਵਾਇਆ, ਰਾਜਸਥਾਨ ਭੇਜੀਆਂ, ਉੱਥੋਂ ਬਾਡੀ ਲਵਾਈ ਅਤੇ ਵਾਪਸ ਲੈ ਆਈ, ਅਤੇ ਸਾਰਾ ਟੈਕਸ ਦਾ ਲੌਸ, ਤੇਲ ਦਾ ਲੌਸ ਔਰ ਬਾਡੀ ਬਣਾਉਣ ਵਾਲੇ ਦਾ ਕਾਰੋਬਾਰ ਦਾ ਲੌਸ ਪੰਜਾਬ ਨੂੰ ਹੋਇਆ। ਉਹਨੂੰ ਅਗਲੀ ਵਾਰੀ ਉਹਨੂੰ ਲਿਆਉਣਗੇ, ਇੱਕ ਮਿੰਟ ਰੋਕ ਕੇ, ਅਗਲੀ ਵਾਰੀ ਉਹਨੂੰ ਲਿਆਉਣਗੇ ਅਤੇ ਫਿਰ ਕਰਕੇ ਕਿ ਦੇਖੋ ਜੀ ਕਿੰਨਾ ਬਲ ਮਿਲ ਰਿਹਾ। ਬਲ ਤਾਂ ਆਪ ਹੀ ਮਿਲ ਜਾਣਾ ਜਦ ਇਹ ਜੇ ਸਾਰੇ ਤੁਹਾਡੇ ਨਾਲ ਰਲ ਗਏ। ਆਹ ਦੇਖੋ ਇਹ ਕੀ ਕਹਿੰਦਾ ਹੁਣ, ਮੈਨੂੰ ਡਾਕਟਰ ਬਣਾਇਆ, ਡਾਕਟਰ ਬਣਨ ਤੋਂ ਬਾਅਦ ਜਦੋਂ ਮੈਂ ਰਾਜਨੀਤੀ ਚ ਆਉਣ ਦਾ ਮੇਰਾ ਇੱਕੋ ਹੀ ਮਕਸਦ ਸੀ, ਇੱਕੋ ਹੀ ਸੀ, ਪੂਰਾ ਕਰਤਾ, ਗਰੀਬਾਂ ਦਾ ਵਿਕਾਸ, ਉਹ ਕਰਤਾ, ਗਰੀਬੀ ਨੂੰ ਦੂਰ ਕਰਨਾ, ਹੁਣ ਦੂਜਾ ਮਕਸਦ ਪੂਰਾ ਕਰ ਲਈ, ਇਹਨਾਂ ਨਾਲ ਪੜ੍ਹਾਉਣਾ, ਤੇ ਮੇਰਾ ਇੱਕੋ ਇੱਕ ਮਿਸ਼ਨ ਰਿਹਾ, ਮੈਂ ਕਾਂਗਰਸ ਚ ਆਇਆ। ਇੱਕ ਮਿੰਟ ਰੋਕਿਓ, ਇੱਕੋ ਇੱਕ ਮਕਸਦ ਸੀ, ਗਰੀਬਾਂ ਦਾ ਵਿਕਾਸ ਕਰਨਾ, ਕਰਪਸ਼ਨ ਕਰਨਾ, ਮੁੜ ਕੇ ਨਾ ਫੜੇ ਜਾਣਾ, ਤੇ ਉਹ ਮਕਸਦ ਕੇਜਰੀਵਾਲ ਸਾਹਿਬ ਨੇ ਪੂਰਾ ਕਰਤਾ। ਸੁਣਾ ਦੇ ਹੁਣ, ਚਲਾ ਦੇ ਭਾਈ, ਚਲਾ ਦੇ, ਇਹ ਵੀ ਰੁਸਦਾ। ਮੈਨੂੰ ਡਾਕਟਰ ਬਣਾਇਆ, ਡਾਕਟਰ ਊਂ ਚਲਾ ਦੇ, ਵੀਡੀਓ ਤੇ ਚਲਾ ਦੇ, ਆ ਫੋਨ ਤੇ ਚਲਾ ਦੇ ਮੇਰਾ। ਇਹ ਸੁਣਨ ਵਾਲੀ ਆ, ਮੈਂ ਤੁਹਾਨੂੰ ਸੁਣਾ ਕੇ ਭੇਜੂਗਾ, ਹੈ ਕੰਮ ਦੀ, ਵਡਮੁੱਲੇ ਵਿਚਾਰ ਨੇ ਨਾ, ਕੀਮਤੀ ਵਿਚਾਰ ਨੇ, ਮਹਾਂਪੁਰਸ਼ ਬੋਲ ਰਹੇ ਆ ਤਿੰਨ ਅੱਜ ਦੇ ਜ਼ਮਾਨੇ ਦੇ। ਮੈਂ ਬੜਾ ਸਤਿਕਾਰ ਹੁੰਦਾ ਸੀ, ਮਗਰ ਇਹੋ ਜਿਹਾ ਕਰਕੇ ਨਹੀਂ ਰਿਹਾ। ਇਹ ਜੋ ਕੰਮ ਇਹ ਕਰਦੇ ਫਿਰਦੇ ਆ, ਐਡੇ ਕੀਮਤੀ ਵਡਮੁੱਲੇ ਵਿਚਾਰ ਅਗੇਂਸਟ ਕਰਪਸ਼ਨ, ਗਰੀਬਾਂ ਦਾ ਵਿਕਾਸ, ਗਰੀਬੀ ਨੂੰ ਦੂਰ ਕਰਨਾ,
ਸਮਾਜ ਨੂੰ ਸ਼ਿਕਸ਼ਿਤ ਕਰਨਾ, ਪੜ੍ਹਾਉਣਾ, ਇਹ ਮੇਰਾ ਇੱਕੋ ਇੱਕ ਮਿਸ਼ਨ ਰਿਹਾ। ਮੈਂ ਕਾਂਗਰਸ ਚ ਆਇਆ ਔਰ ਕਰੀਬ ਕਰੀਬ ਮੈਂ 12 ਸਾਲ ਕਾਂਗਰਸ ਪਾਰਟੀ ਚ ਰਿਹਾ, ਰੱਜ ਕੇ ਠੱਗੀ ਮਾਰੀ। ਔਰ ਪਿਛਲੀ ਸਰਕਾਰ ਚ ਹੁੰਦੇ ਹੋਏ ਵੀ ਦਾਸ ਨੇ ਰਿਕਾਰਡ ਤੋੜ ਕੰਮ ਕੀਤੇ। ਉਹ ਦਾਸ ਆਪ ਹੀ ਦੱਸੀ ਜਾਂਦੇ ਕਿ ਰਿਕਾਰਡ ਤੋੜ ਕੰਮ ਕੀਤੇ, ਔਰ ਇਹਨਾਂ ਨੇ ਸਨਮਾਨਿਤ ਕਰਤਾ ਉਹਨਾਂ ਨੂੰ। ਅੱਗੇ ਵੀ ਕੋਈ ਕੀਮਤੀ ਵਿਚਾਰ ਜ਼ਰੂਰ ਕਹਿਣਾ ਚਾਹੁੰਦਾ ਚੀਮਾ ਸਾਹਿਬ। ਹਾਂ, ਤੇ ਸਾਡੇ ਹਲਕੇ ਦੇ ਵਿੱਚ ਚੱਬੇਵਾਲ ਦੇ ਵਿੱਚ ਕਾਂਗਰਸ ਜਦੋਂ ਮੈਂ 17 ਜਿੱਤਿਆ ਤੇ 45 ਸਾਲ ਬਾਅਦ ਉੱਥੇ ਕਾਂਗਰਸ ਜਿੱਤੀ ਸੀ, ਔਰ ਉਸ ਤੋਂ ਬਾਅਦ ਲਗਾਤਾਰ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਕਿ ਆਮ ਬੇਸਿਕਲੀ ਕਿੰਨਾ ਪਿਆਰ ਇਹਨੂੰ ਮਿਲ ਰਿਹਾ ਤੇ ਚੀਮੇ ਨੂੰ ਵਿਸ਼ਵਾਸ ਦਵਾਈ ਜਾਂਦਾ ਕਿ ਬਸ ਹੁਣ ਰਿਕਾਰਡ ਤੋੜ ਕੰਮ ਇੱਥੇ ਕਰਨਾ ਆਪਾਂ, ਤੇ ਉਹ ਜੇ ਨਾਲ ਬੈਠੇ ਰਿਕਾਰਡ ਤੋੜ ਵਾਲੇ। ਇਸ ਲਈ ਆਹ ਤੁਹਾਡੇ ਸਾਹਮਣੇ ਲੈ ਕੇ ਆਉਣਾ ਸੀ ਮੈਂ ਕੇਸ, ਔਰ ਦੇਖੋ ਦੋਹਰੇ ਮਾਪਦੰਡ। ਅੱਜ ਮੈਂ ਪੁੱਛਣਾ ਚਾਹੁੰਦਾ ਕਾਂਗਰਸੀਆਂ ਨੂੰ, ਤੁਹਾਡਾ ਗੱਠਜੋੜ ਤਾਂ ਹੋਇਆ ਹੀ ਆ ਲੱਗਦਾ, ਕਿਉਂਕਿ ਜਿਹੜਾ ਤਾਂ ਨਹੀਂ ਮੰਨਦਾ ਸੀ ਉਹਦਾ ਤਾਂ ਇਹ ਕਹਿ ਦਿੰਦਾ ਵਿਧਾਨ ਸਭਾ 'ਚ ਆ ਰਹੀ ਫਾਈਲ, ਆ ਰਹੀ ਫਾਈਲ। ਇੱਕ ਤਾਂ ਪ੍ਰਧਾਨ ਸਾਹਿਬ ਦੀ ਵਿਖਾਉਂਦਾ, ਉਹ ਮੁੜ ਕੇ ਬੋਲਦਾ ਹੀ ਨਹੀਂ ਵਿਚਾਰਾ, ਉਹਨੂੰ ਨਾ ਕਿਤੇ ਹਾਰਟ ਦੀ ਕੋਈ ਪ੍ਰੋਬਲਮ ਆ ਜਾਵੇ, ਮੈਨੂੰ ਤਾਂ ਉਹਦਾ ਡਰ ਰਹਿੰਦਾ। ਨਿੱਕੇ ਨਿਆਣੇ ਨੇ ਜ਼ਿੰਮੇਵਾਰੀ ਵੱਡੀ ਹੈ ਕਾਂਗਰਸ ਪਾਰਟੀ ਦੀ, ਕਰਪਸ਼ਨ 'ਚੋਂ ਕੱਢਣਾ, ਦੇਸ਼ 'ਚੋਂ ਬਚਾਉਣਾ ਵੱਡੀ ਜ਼ਿੰਮੇਵਾਰੀ ਹੈ ਉਸ ਪ੍ਰਧਾਨ 'ਤੇ। ਉਹ ਫਾਈਲ ਪਤਾ ਨਹੀਂ ਕੀ ਕਰਦਾ, ਮੈਨੂੰ ਲੱਗਦਾ ਜਿਵੇਂ ਚੱਬੇਵਾਲ ਨੂੰ ਵਿਖਾਉਂਦਾ ਸੀ ਨਾ, ਮੁੜ ਕੇ ਆਹੀ ਸੰਗਲ ਅਤੇ ਆਹ ਤਾਲਾ ਕਿਤੇ ਵੜਿੰਗ ਸਾਹਿਬ ਦੇ ਨਾ ਪੈ ਜੇ, ਮੈਨੂੰ ਤਾਂ ਇਸ ਗੱਲ ਦਾ ਡਰ ਰਹਿੰਦਾ। ਔਰ ਦੂਜਾ ਉਹ ਕਿਹੜਾ ਸੁੱਖੀ ਰੰਧਾਵਾ, ਉਹਨੂੰ ਉਹਦੇ ਸਹੁਰਿਆਂ ਦਾ ਹੀ ਦੱਸੀ ਜਾਂਦਾ, ਉਹਦੇ ਜਿਹੜਾ ਆਪਣਾ ਅਬੁਲ ਖੁਰਾਣਾ, ਅਬੁਲ ਖੁਰਾਣਾ ਕਹਿੰਦਾ, ਅਬੁਲ ਖੁਰਾਣਾ, ਅਬੁਲ ਖੁਰਾਣਾ, ਉਹ ਇੰਨੇ 'ਚ ਹੀ ਤਿੱਤਰ। ਮੈਂ ਤਾਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਬਾਜਵਾ ਸਾਹਿਬ ਦੀ ਤਾਂ ਪਜਾਮੀ 'ਚ ਉਹਦੀ ਨਿਗਾਹ ਪੈ ਜਾਂਦੀ। ਉਹ ਬਾਬਾ ਉਹ ਜਿਹੜਾ ਸਪੀਕਰ ਬਿਠਾਇਆ ਤੁਸੀਂ, ਉਹ ਵੀ ਜਿਹੜੇ ਕੱਪੜੇ ਪਾਉਂਦਾ ਉਹ ਪਜਾਮੀ ਵਾਲੇ ਪਾਉਂਦਾ, ਉਹਦੀ ਕਿਉਂ ਨਹੀਂ, ਉਹਦੇ ਨੁਕਸ ਕਿਉਂ ਨਹੀਂ ਲੱਭਦਾ? ਦੱਸੋ ਕੋਈ, ਇਹ ਚੀਫ ਮਿਨਿਸਟਰ ਦਾ ਕੰਮ ਹੈ, ਇਹਦਾ ਨਿਆਣਾ ਫਿਲਮ ਸਟਾਰ ਬਣਨਾ ਚਾਹੁੰਦਾ ਸੀ, ਇਹਦਾ ਐਂ ਬਣਨਾ ਚਾਹੁੰਦਾ ਸੀ, ਨਹੀਂ ਬਣਿਆ। ਜਿਹੜੇ ਅਸਲ ਮੁੱਦੇ ਆ ਪੰਜਾਬ ਦੇ, ਉਹਦੇ 'ਚ ਹਾਓ ਕਾਂਗਰਸ ਐਂਡ ਆਮ ਆਦਮੀ ਪਾਰਟੀ ਦੀ ਮਿਲੀ ਭੁਗਤ ਹੈ, ਜੁਆਇੰਟ ਐਕਸ਼ਨ ਚੱਲ ਰਿਹਾ, ਹਾਓ ਦੇ ਆਰ ਟੂਗੈਦਰ ਹੈਂਡ ਇਨ ਗਲਵਜ਼ ਇਨ ਕਰਪਸ਼ਨ, ਇਸ ਮੁੱਦਿਆਂ 'ਤੇ ਦੇਰ ਇਜ਼ ਨੋ ਡਿਸਕਸ਼ਨ। ਇਹ ਫਾਈਲ ਰੱਖਦਾ ਨਾ ਚੀਫ ਮਿਨਿਸਟਰ ਐਂਡ ਐਕਸ਼ਨ ਲੈਂਦਾ, ਅਤੇ ਪੰਜਾਬ ਦੇ ਲੋਕ ਕਹਿੰਦੇ ਕਿ ਵਾਹ ਵਾਕੇ ਵਾਹ ਕਮਾਲ ਕੰਮ ਕੀਤਾ। ਜਿਹੜੀ ਇੱਕ ਵੀਡੀਓ ਤੁਸੀਂ ਸੁਣੀ ਸੀ ਵਿਜੇ ਸਿੰਗਲੇ ਦੀ, ਉਹ ਤਾਂ ਅੱਜ ਤੱਕ ਨਾ ਸੁਣਾਈ ਕਿਸੇ ਨੂੰ। ਵੀਡੀਓ ਦਾ ਕੀ ਸੁਣਾਉਣੀ ਸੀ? ਤੁਸੀਂ ਸੁਣ ਕੇ ਹਾਈ ਲੋ ਜਿੱਥੇ ਕੋਰਟ 'ਚ ਕੇਸ ਚੱਲਦਾ ਸੀ ਉੱਥੇ ਜਾ ਕੇ ਮੁੱਖ ਗਵਾਹ ਦੇ ਰੂਪ 'ਚ ਉਹਦੇ ਖਿਲਾਫ਼ ਗਵਾਹੀ ਦਿੰਦੇ ਲੋਕਾਂ ਨੇ, ਤਾਂ ਵੀ ਕਹਿਣਾ ਸੀ ਉਹ ਸੀਰੀਅਸ ਅਬਾਊਟ ਕਰਪਸ਼ਨ। ਮਗਰ ਸਿਰਫ ਕਰਪਟ ਲੀਡਰਸ ਨੂੰ ਫੜ ਕੇ ਉਹਨਾਂ ਤੋਂ ਪੈਸੇ ਲੈਣੇ, ਇਲੈਕਸ਼ਨ ਫੰਡਿੰਗ ਕਰਾਉਣੀ ਜਿਵੇਂ ਸ਼ਰਾਬ ਘੁਟਾਲੇ 'ਚ ਕੀਤੀ ਹੈ, ਉਹ ਇਹਨਾਂ ਦਾ ਅਸਲ ਚਿਹਰਾ ਅਤੇ ਅਸਲ ਇਹਨਾਂ ਦੇ ਕੱਟਰ ਇਮਾਨਦਾਰਾਂ ਦੀ ਕੱਟਰ ਸੋਚ। ਥੈਂਕ ਯੂ। ਤੁਹਾਡੇ ਕੋਈ ਸਵਾਲ ਜੀ? ਉਹ ਲੱਗਦਾ ਇਹ ਫਾਈਲ ਫੁਇਲ ਹੀ ਸੀ। 4600 ਗਰੀਬ ਲੋਕਾਂ ਦੀ, ਘਰਾਂ ਦੀ, ਕੱਚੇ ਮਕਾਨਾਂ ਦੀ ਪੱਕੀ ਛੱਤ ਪਾਉਣ ਵਾਸਤੇ ਉਹ ਫਾਈਲ ਸੀ, ਜਿਹੜੀ ਮੈਨੂੰ ਲੱਗਦਾ ਭਗਵੰਤ ਮਾਨ ਨੇ ਇਹਨੂੰ ਫੜਾ ਤੀ ਤੇ ਧੰਨੇ ਨੇ ਫੜਾ ਤੀ। ਉਹ ਧੰਨੇ ਦਾ ਕੀ ਨਾਂ ਦੱਸਿਆ ਯਾਰ? ਇੱਕ ਤਾਂ ਇੰਦਰਪਾਲ ਸਿੰਘ, ਇੰਦਰ ਦੇਵਤਾ ਜੀ
ਹੋਏ ਤੇ ਮਿਹਰਬਾਨ ਤੇ ਭਾਈ ਸਾਹਿਬ ਉਹ ਲੱਗ ਗਿਆ ਚੀਫ ਇਨਫੋਰਮੇਸ਼ਨ ਕਮਿਸ਼ਨਰ ਇਲੈਕਸ਼ਨ ਕਮਿਸ਼ਨ ਸ਼ੁੱਡ ਰਿਮੂਵ ਹਿਮ ਇਨਕੁਆਇਰੀ ਹੋਵੇ ਇਹ ਜੀ ਦੀ ਹੀ ਇਨ ਅ ਸਿਟਿੰਗ ਇਨ ਅ ਕੋਨਸਟੀਟਿਊਸ਼ਨਲ ਪੋਸਟ ਇਜ਼ ਵਰਕਿੰਗ ਫੋਰ ਆਮ ਆਦਮੀ ਪਾਰਟੀ ਸਾਰੀ ਤੁਸੀਂ ਫੋਨ ਕਾਲ ਡਿਟੇਲ ਸੀਲ ਕਰ ਲਓ ਉਹਦੀ ਇਨਕੁਆਇਰੀ ਕਰਾ ਲਓ ਤੁਹਾਡੇ ਸਾਹਮਣੇ ਅੱਜ ਉਹ ਵੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਅਤੇ ਭਾਈ ਸਾਹਿਬ ਚੱਬੇਵਾਲ ਸਾਹਿਬ ਵੀ ਹੁਸ਼ਿਆਰਪੁਰ 'ਚ ਰਹਿਣ ਵਾਲੇ ਹੁਣ ਜਿਹੜੇ ਖਿਲਾਫ਼ ਐਡੀ ਫਾਈਲ ਤਿਆਰ ਸੀ ਉਹਨੂੰ ਕਿਹਾ ਦੇਖੋ ਕਿੱਡੇ ਖੁਸ਼ ਹੋ ਕੇ ਜੱਪੀਆਂ ਪਾ ਰਹੇ ਉਹਨੂੰ ਇਸ ਗੱਲ ਦੀ ਖੁਸ਼ੀ ਚੱਬੇਵਾਲ ਸਾਹਿਬ ਨੂੰ ਵੀ ਕਲੀਨ ਚਿੱਟ ਮਿਲ ਗਈ ਉਹਨੂੰ ਇਸ ਗੱਲ ਦੀ ਖੁਸ਼ੀ ਕਿ ਮੈਨੂੰ ਕੋਲ ਹੁਸ਼ਿਆਰਪੁਰ ਕੋਈ ਕੈਂਡੀਡੇਟ ਨਹੀਂ ਸੀ ਸਾਡੇ ਕੋਲ ਕੈਂਡੀਡੇਟ ਆ ਗਿਆ ਦੇਖੋ ਇਹਦੇ ਚ ਬੜਾ ਤੁਹਾਡਾ ਇੰਪੋਰਟੈਂਟ ਸਵਾਲ ਹੈ ਔਰ ਮੈਂ ਥੋੜੀ ਜਿਹੀ ਗੱਲ ਪਹਿਲਾਂ ਕਰਕੇ ਰਹਿ ਗਿਆ ਦਲਿਤ ਡਿਪਟੀ ਸੀਐਮ ਬਣਾਉਣ ਦੀ ਗੱਲ ਸੁਖਵਿੰਦਰ ਕੋਟਲੀ ਨੇ ਕੀਤੀ ਅਤੇ ਉਹਨੂੰ ਇਹ ਕਹਿਤਾ ਕਿ ਇਹਨੂੰ ਤਾਂ ਦੌਰਾ ਪੈ ਗਿਆ ਇਹਨੂੰ ਜੁੱਤੀ ਸੰਘਾਓ ਮੇਰੀ ਜੇ ਦਲਿਤ ਭਾਈਚਾਰੇ ਦੀ ਕੋਈ ਗੱਲ ਕਰੇ ਜਿਹੜਾ ਦਲਿਤ ਭਾਈਚਾਰੇ ਨੂੰ ਠੱਗੇ ਚੱਬੇਵਾਲ ਸਾਹਿਬ ਵਰਗੇ ਔਰ ਉਹਦੀ ਇਨਕੁਆਇਰੀ ਕੌਣ ਕਰੇ ਇੱਕ ਓਨੈਸਟ ਡੀ ਸੀ ਜਿਹੜੇ ਅਗੇਨ ਬਿਲੋਂਗਸ ਟੂ ਸ਼ਡਿਊਲ ਕਾਸਟ ਕਮਿਊਨਿਟੀ ਸੰਦੀਪ ਹੰਸ ਜੀ ਜਿਹਨੂੰ ਅੱਜ ਇਹਨਾਂ ਨੇ ਤਿੰਨ ਤਿੰਨ ਵੱਡੇ ਮਹਿਕਮਿਆਂ ਦੇ ਚਾਰਜ ਦਿੱਤੇ ਉਹ ਇਨਕੁਆਇਰੀ ਕਰੇ ਕਿਉਂ ਕਿਉਂਕਿ ਉਹਨੂੰ ਦਰਦ ਹੋਇਆ ਕਿ ਹੀ ਹੈਜ਼ ਚੀਟਡ ਦ ਪੋਅਰੈਸਟ ਆਫ ਦ ਪੋਅਰ ਦਲਿਤ ਭਾਈਚਾਰੇ ਨੂੰ ਇਹਨੇ ਚੀਟ ਕੀਤਾ ਉਹਦੀ ਇਨਕੁਆਇਰੀ ਤਾਂ ਪਾ ਤੀ ਕੂੜੇਦਾਨ 'ਚ ਅਤੇ ਇਹਨੂੰ ਲਿਆ ਕੇ ਆਹ ਸਨਮਾਨਿਤ ਕਰ ਰਿਹਾ ਅਤੇ ਕੀ ਇਹਨਾਂ ਦਲਿਤ ਭਰਾਵਾਂ ਪ੍ਰਤੀ ਕੀ ਸੋਚ ਹੈ ਕੀ ਇਹਨਾਂ ਨੇ ਦੇਣਾ ਦਲਿਤ ਭਰਾਵਾਂ ਨੂੰ ਇਸ ਇਹ ਫੋਟੋ ਸਭ ਕੁਝ ਜਗ ਜ਼ਾਹਰ ਕਰ ਰਹੀ ਹੈ ਆਹ ਇਨਕੁਆਇਰੀ ਰਿਪੋਰਟ ਜਗ ਜ਼ਾਹਰ ਕਰ ਰਹੀ ਹੈ ਨਹੀਂ ਬਣਾਉਣਾ ਇਹਨੂੰ ਤਾਂ ਜੇਲ੍ਹ 'ਚ ਦੇਣਾ ਚਾਹੀਦਾ ਔਰ ਜਿਹੜੇ ਇਹਦੀ ਮਦਦ ਕਰ ਰਹੇ ਹੈ ਉਹਨਾਂ ਨੂੰ ਵੀ ਜੇਲ੍ਹ 'ਚ ਦੇਣਾ ਚਾਹੀਦਾ ਚਾਹੇ ਉਹ ਭਗਵੰਤ ਮਾਨ ਹੈ ਚਾਹੇ ਉਹ ਧੰਨਾ ਇੰਦਰਪਾਲ ਕੀ ਨਾਂ ਉਹਦਾ ਇੰਦਰਪਾਲ ਹੈ ਪਤਾ ਨਹੀਂ ਗੁਰ ਇਕਬਾਲ ਹੈ ਇੰਦਰਪਾਲ ਹੈ ਜਿਹੜਾ ਵੀ ਹੈ ਉਹਦਾ ਉਹਨੂੰ ਵੀ ਫੜ ਕੇ ਅੰਦਰ ਦੇਣਾ ਚਾਹੀਦਾ ਔਰ ਇਹਦੇ 'ਚ ਤਾਂ ਦੇਖੋ ਇਹ ਜੁਆਇਨਿੰਗ ਦਾ ਅਸਲ ਸ਼੍ਰੇ ਵਿਜੀਲੈਂਸ ਮਹਿਕਮੇ ਨੂੰ ਅਤੇ ਇਹਨਾਂ ਅਫਸਰਾਂ ਨੂੰ ਮੈਂ ਦੇ ਸਕਦਾ ਜਿਹਨਾਂ ਨੇ ਇਨਕੁਆਇਰੀ ਕੀਤੀ ਜੇ ਕਿਤੇ ਕਲੀਨ ਚਿੱਟ ਦਿੱਤੀ ਹੁੰਦੀ ਤਾਂ ਇਹ ਕਿਤੇ ਆਉਂਦਾ ਸੀ ਇਹਨਾਂ ਕੋਲ ਮਤਲਬ ਇਹ ਤਾਂ ਹਾਲ ਹੈ ਹੁਣ ਅਫਸਰਾਂ ਦਾ ਕੀ ਬਣੂ ਸਮ ਅਫਸਰ ਜਿਨ੍ਹਾਂ ਨੇ ਸਹੀ ਕੰਮ ਕੀਤਾ ਹੁਣ ਉਹਨਾਂ ਜਦੇ ਆਮ ਆਦਮੀ ਪਾਰਟੀ 'ਚ ਚਲੇ ਗਿਆ ਅਤੇ ਉਹਨਾਂ ਦਾ ਇੱਕ ਅਨਮੋਲ ਹੀਰਾ ਬਣ ਗਿਆ ਅਤੇ ਫਿਰ ਹੁਣ ਮੁੜ ਕੇ ਤਾਂ ਇਹਨਾਂ ਅਫਸਰਾਂ ਦੀ ਐਸੀ ਤੈਸੀ ਫਿਰਨੀ ਆ ਇਹ ਤਾਂ ਹਾਲਾਤ ਹੈ ਹਾਂਜੀ ਦੇਖੋ ਇਹ ਇਨਕੁਆਇਰੀ ਰਿਪੋਰਟ ਤਾਂ ਮੈਂ ਕਹਿੰਦਾ ਸਭ ਤੋਂ ਪਹਿਲਾਂ ਚੀਫ ਮਿਨਿਸਟਰ ਆਪਦੇ ਮੋਬਾਈਲ ਤੋਂ ਜਨਤਕ ਕਰੇ ਇਹ ਇਨਕੁਆਇਰੀ ਮੈਂ ਫੇਰ ਕਹਿ ਰਿਹਾ ਇਹਦੀ ਸ਼ੁਰੂਆਤ ਮੁੱਢ ਇੱਕ ਸ਼ਿਕਾਇਤ ਕਰਤਾ ਜਿਹਨੇ ਉਸ ਵੇਲੇ ਉਹਦਾ ਨਾਂ ਹੈ ਜੀ ਨਰਿੰਦਰ ਪਾਲ ਜਿਹਨੇ ਉਦੋਂ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਸੀ 2022 'ਚ ਖਨੌੜੇ ਪਿੰਡ ਤੋਂ 7/2/2022 ਉਹਦੀ ਨਹੀਂ ਸੁਣੀ ਗਈ ਕਿਉਂਕਿ ਡੀ ਸੀ ਕੋਲ ਗਈ ਡੀ ਸੀ ਚੱਬੇਵਾਲ ਸਾਹਿਬ ਅਤੇ ਕਾਂਗਰਸ ਦਾ ਲਵਾਇਆ ਸੀ ਮੁੜ ਕੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹਰਮਿੰਦਰ ਸੰਧੂ ਜਿਹੜਾ ਹਾਰ ਗਿਆ ਚੱਬੇਵਾਲ ਸਾਹਿਬ ਉਹਨੇ ਚੱਕ ਕੇ ਆ ਸਾਰੀ ਸ਼ਿਕਾਇਤ ਕੀਤੀ ਅੱਜ ਭਾਈ ਸ਼ਿਕਾਇਤ ਕਰਤਾ ਕੌਣ ਆਮ ਆਦਮੀ ਪਾਰਟੀ ਸ਼ਿਕਾਇਤ ਕਰਤਾ ਸਮਾ ਸਰਪੰਚ ਜਿਹੜੇ ਆਮ ਆਦਮੀ ਪਾਰਟੀ 'ਚ ਚਲੇ ਗਏ ਇਸ ਆਸ ਨਾਲ ਕਿ ਇਹਨੂੰ ਜੇਲ੍ਹ ਹੋਊਗੀ ਅੱਜ ਲਿਆ ਕੇ ਉਹਨਾਂ ਦੇ ਸਿਰ 'ਤੇ ਬਿਠਾ ਦਿੱਤਾ ਅਤੇ ਇਹ ਫਾਈਲ ਜਨਤਕ
ਕਰਪਸ਼ਨ ਦੀ ਚੀਫ ਮਿਨਿਸਟਰ ਆਪ ਕਰੇ। ਵਿਜੀਲੈਂਸ ਮਹਿਕਮੇ ਨੇ ਇਹਨੂੰ ਇਨਕੁਆਇਰੀ ਰਿਪੋਰਟਾਂ 'ਚ ਇਹਨੂੰ ਗਿਲਟੀ ਫੜਾਇਆ ਫਾਰ ਫੋਰਜਰੀ। ਜਿਹਨੂੰ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਸੀ ਉਹ ਤਾਂ ਬਣ ਗਿਆ ਚਿਹਰਾ ਮੂਹਰਾ ਆਪ ਦਾ। ਇੱਕ ਤਾਂ ਨਾ ਇਹ ਵੈਸੇ ਮੈਂ ਇਸ ਇੱਕ ਦਿਨ ਲਾਊਂਗਾ ਟਾਈਮ, ਇਹ ਪਤਾ ਨੀ ਆਮ ਆਦਮੀ ਪਾਰਟੀ ਨੇ ਆਪਦਿਆਂ ਦੇ MLA ਦਾ ਮੁੱਲ 25 ਕਰੋੜ ਹੀ ਪਾਇਆ। ਉਹ ਦਿੱਲੀ 'ਚ ਕੇਜਰੀਵਾਲ ਸਾਹਿਬ ਨੇ ਜਿਹੜੀ ਸ਼ਿਕਾਇਤ ਦਿੱਤੀ ਸੀ ਉੱਥੇ ਵੀ ਕਹਿੰਦੇ 25-25 ਕਰੋੜ ਆਫਰ ਹੋਇਆ। ਇੱਥੇ ਜਾ ਕੇ ਚੀਮਾ ਸਾਹਿਬ ਨੇ ਸ਼ਿਕਾਇਤ ਦਿੱਤੀ ਹੈ DGP ਨੂੰ ਕਿ ਸਾਡਿਆਂ ਨੂੰ 25-25 ਕਰੋੜ ਆਫਰ ਹੋਇਆ। ਅੱਜ 2-2.5 ਸਾਲ ਬੀਤ ਗਏ ਹੈ, ਸਪੈਸ਼ਲ ਸੈਸ਼ਨ ਬੁਲਾਇਆ ਗਿਆ। ਇੱਕ ਤਾਂ ਦਿੱਲੀ ਸ਼ਿਕਾਇਤ ਅਤੇ ਪੰਜਾਬ ਸ਼ਿਕਾਇਤ, ਮੁੱਲ 25-25 ਕਰੋੜ ਅਤੇ ਉਸ ਇਨਕੁਆਇਰੀ ਰਿਪੋਰਟ ਦਾ ਅੱਜ ਤੱਕ ਕੀ ਹੋਇਆ? ਜਦ ਚੁਣੇ ਹੋਏ ਨੁਮਾਇੰਦੇ ਨੂੰ 25 ਕਰੋੜ ਦੀ ਆਫਰ ਹੋਵੇ ਅਤੇ ਉਹਦਾ ਸੱਚਾਈ ਸਾਹਮਣੇ ਨਾ ਆਵੇ ਕਿ ਇਹਦੀ ਸੂ ਮੋਟੋ ਹਾਈਕੋਰਟ ਨੂੰ ਇਨਕੁਆਇਰੀ CBI ਤੋਂ ਨਹੀਂ ਕਰਾਉਣੀ ਚਾਹੀਦੀ? ਇਸ ਦਾ ਚੀਫ ਮਿਨਿਸਟਰ ਲਾਈਨ ਹਰਪਾਲ ਚੀਮਾ ਜਿਹੜਾ ਅੱਜ ਇਹਨਾਂ ਨੂੰ ਇਹਦੇ ਛੋਲੇ ਗਾਉਣ ਡਿਆ, ਉਹੀ ਬੰਦਾ ਉਦੋਂ ਸੀ। ਜੇ ਇਹ ਝੂਠ ਬੋਲ ਰਹੇ ਤਾਂ ਇਹਨਾਂ 'ਤੇ ਕਾਰਵਾਈ ਹੋਵੇ। ਮਗਰ ਹੂਜ਼ ਟੂ ਟੇਕ ਐਕਸ਼ਨ? ਇੰਡੀਪੈਂਡੈਂਟ ਏਜੰਸੀ ਔਰ ਦਾ ਕੋਰਟਸ? ਅਤੇ ਚੰਗੀ ਗੱਲ ਹੈ ਹੋ ਜਾਏ ਇਹਦੀ, ਜੇ ਕੋਈ ਦੇ ਰਿਹਾ ਸੀ ਉਹਦਾ ਵੀ ਸਾਹਮਣੇ ਆ ਜਾਏ, ਜੇ ਕੋਈ ਝੂਠ ਬੋਲ ਰਿਹਾ ਸੀ ਤਾਂ ਉੱਤੇ ਕਾਰਵਾਈ ਹੋ ਜਾਵੇ। ਉਹ ਚਲੋ ਉਹ ਜਿਹਨੇ ਕਦੋਂ ਭੱਜਣਾ ਤੁਹਾਡੇ ਸਾਹਮਣੇ ਆਈ ਜਾਣਾ। ਮਗਰ ਆਮ ਆਦਮੀ ਪਾਰਟੀ ਦਾ ਅਤੇ ਕਾਂਗਰਸ ਪਾਰਟੀ ਦਾ ਗਠਬੰਧਨ ਕਿੱਡਾ ਮਜ਼ਬੂਤ ਹੈ ਉਹ ਤਾਂ ਤੁਸੀਂ ਵਿਧਾਨ ਸਭਾ 'ਚ ਵੇਖ ਲਓ। ਜਦੋਂ ਪ੍ਰਧਾਨ ਪ੍ਰਦੇਸ਼ ਕਾਂਗਰਸ ਦਾ ਨਾਂ ਲੈਂਦਾ ਹੈ ਅਤੇ ਉਹਦੀ ਫਾਈਲ ਦਾ ਜ਼ਿਕਰ ਕਰਦਾ ਹੈ, ਮੁੜ ਕੇ ਤਾਂ ਉਹ ਸੌਂ ਜਾਂਦਾ ਆਮ ਆਦਮੀ ਪਾਰਟੀ ਦੇ ਹੱਕ 'ਚ। ਔਰ ਜੇ ਕੋਈ ਨਹੀਂ ਸੌਂਦਾ ਉਹਨੂੰ ਜੇਲ੍ਹ ਹੋ ਜਾਂਦੀ ਹੈ ਜਾਂ ਉਹਨੂੰ ਜੁਆਇਨ ਕਰਾਤਾ ਜਾਂਦਾ। ਹੁਣ ਜਿਹੜੇ 3-4 ਅੜੇ ਸੀ, ਚਾਹੇ ਆਸ਼ੂ ਜੀ ਅੜੇ ਜੇਲ੍ਹ ਹੋ ਗਈ, ਚਾਹੇ ਉਹ ਸੋਨੀ ਸਾਹਿਬ ਅੜੇ ਜੇਲ੍ਹ ਹੋ ਗਈ, ਅਤੇ ਧਰਮਸੋਤ ਆ 3-4 ਹੋਰ, ਸ਼ਾਮ ਸੁੰਦਰ ਅਰੋੜਾ, ਜਿਹੜਾ ਮੰਨ ਜਾਂਦਾ ਉਹਨੂੰ ਫਾਈਲ ਫੂਲ ਵਿਖਾ ਕੇ ਬੀਨ ਬੂਨ ਵਜਾ ਕੇ ਨਾਲ ਲੈ ਲੈਂਦੇ ਕਿ ਚੰਗਾ ਤੂੰ ਗੁੱਡ ਬੰਦਾ ਬਣ ਗਿਆ, ਤੈਨੂੰ ਧੋਤਾ ਸੀ ਆਮ ਆਦਮੀ ਪਾਰਟੀ। ਹੁਣ ਮੈਨੂੰ ਅੱਜ ਤਾਂ ਇਹਦੀ ਫਾਈਲ ਹੀ ਆਈ ਸੀ ਮੇਰੇ ਕੋਲ, ਜੇ ਉਹਦੀ ਆਈ ਤੇ ਉਹ ਦੱਸ ਦੂੰਗਾ, ਬਟ ਉਹਦੀ ਫਾਈਲ ਫੂਲ ਮੈਨੂੰ ਲੱਗਦਾ ਨੀ ਕੋਈ ਹੈ। ਉਹ ਜਰਾ ਛੋਟੀ ਮੋਟੇ ਕੰਮ ਚ ਜ਼ੋਰ ਦੇ। ਇਹ ਨਾ ਮੈਨੂੰ ਕਿਸੇ ਆਨੈਸਟ ਅਫਸਰ ਨੇ ਦਿੱਤੀ ਆ, ਜਿਹਦੀ ਹਾਲੇ ਵੀ ਰੀੜ ਦੀ ਹੱਡੀ ਜਾਗਦੀ ਹੈ। ਹਾਲੇ ਵੀ ਕੋਈ ਅਫਸਰ ਇਹੋ ਜਿਹੇ ਨੇ ਜਿਹੜੇ ਚਾਹੁੰਦੇ ਆ ਕਿ ਭਾਈ ਦਲਿਤਾਂ ਨਾਲ, ਗਰੀਬਾਂ ਨਾਲ ਜੇ ਕੋਈ ਫਰੋਡ ਕਰੇ ਉਹਦੇ ਉਹਦੀ ਜੇਲ੍ਹ ਹੋਣੀ ਚਾਹੀਦੀ, ਉਹਦੀ ਉਹਨੂੰ ਆਮ ਆਦਮੀ ਪਾਰਟੀ ਸਨਮਾਨਿਤ ਨਾ ਕਰੇ। ਦੇਖੋ ਪਹਿਲਾ ਸਟੈਪ ਤਾਂ ਕਿ ਭਗਵੰਤ ਮਾਨ ਨੂੰ ਐਕਸਪੋਜ਼ ਕਰਨਾ, ਕਿ ਜਿਵੇਂ ਤੂੰ ਵਿਜੇ ਸਿੰਗਲਾ ਫੜਿਆ ਸੀ, ਜੇ ਲੱਤਾਂ 'ਚ ਜਾਨ ਹੈ ਤੇ ਫਿਰ ਭਾਊ ਆ ਇਹਨੂੰ ਵੀ ਫੜ ਕੇ ਵਿਖਾ। ਹਾਂ ਇਹ ਫਰਕ ਜ਼ਰੂਰ ਹੈ ਕਿ ਗਵਾਹੀ ਵਿਜੇ ਸਿੰਗਲੇ ਦੀ ਅੱਜ ਤੱਕ ਨਹੀਂ ਦਿੱਤੀ, ਇਹਦੀ ਗਵਾਹੀ ਵੀ ਤੇਰੇ ਹੋਈ ਖੜੀ ਹੈ,
ਇਹ ਤਾਂ ਕਾਗਜ਼ ਇਕੱਲੇ ਕੋਰਟ 'ਚ ਦਾਖਲ ਕਰਨੇ, ਉਹਨੂੰ ਫੜ ਕੇ ਅੰਦਰ ਦੇਣਾ ਅਤੇ ਕੋਰਟ ਨੇ ਇਹਦੇ 'ਚ ਫੈਸਲਾ ਹੀ ਕਰਦੇ, ਕਿਉਂਕਿ ਓਪਨ ਐਂਡ ਸ਼ਟ ਕੇਸ ਹੈ ਫੋਰਜਰੀ ਦਾ। ਇਹਦੇ 'ਚ ਇਨਕੁਆਇਰੀ ਰਿਪੋਰਟ ਬੀ ਡੀ ਓਜ਼ ਦੀ, ਡੀ ਸੀ ਦੀ, ਪ੍ਰਿੰਸੀਪਲ ਸੈਕਟਰੀ ਦੀ, ਐੱਸ ਐੱਸ ਪੀ ਦੀ, ਡੀ ਆਈ ਜੀ ਦੀ, ਸਭ ਦੀ ਆਈ ਖੜੀ। ਔਰ ਇਹ ਤੁਹਾਨੂੰ ਵੀ ਪਤਾ ਹੈ ਕਿ ਬੀ ਡੀ ਓ ਦੇ ਕਾਗਜ਼ਾਂ 'ਚ ਕਦੇ ਵੀ ਉਹਦੇ ਲੈਟਰ ਪੈਡ ਥੱਲੇ MLA ਦੇ ਸਾਈਨ ਨਹੀਂ ਹੋ ਸਕਦੇ, ਨਹੀਂ ਹੋ, ਕਦੇ ਵੀ ਨਹੀਂ ਪਾਏ ਜਾਣਗੇ। ਇਹ ਤਾਂ ਤੁਹਾਨੂੰ ਸਭ ਨੂੰ ਪਤਾ, ਇਹ 'ਚ ਹੋਏ ਹੋਏ ਆ। ਫੜ ਕੇ ਅੰਦਰ ਦਿਓ, ਨਹੀਂ ਦਿਓਗੇ ਅੰਦਰ ਤਾਂ ਤੁਸੀਂ ਪੁਲਿਸ 'ਚੋਂ ਰਲੀ ਆ। ਉਹ ਦੂਜਾ ਸ਼ਬਦ ਮੈਂ ਵਰਤਣਾ ਨਹੀਂ ਚਾਹੁੰਦਾ, ਤੁਸੀਂ ਸਿਆਣੇ। ਉਹ 13-0 ਦੀ ਤਿਆਰੀ ਹੋ ਰਹੀ ਹੈ ਭਾਊ, ਇਹ 13-0 ਦੀ ਤਿਆਰੀ ਹੈ, 0-13 ਰਹਿਣਾ ਸਕੋਰ ਇਹਦਾ। ਇਸ ਤਰ੍ਹਾਂ ਦੇ ਹੋਰ 2-3 ਚਾਹੀਦੇ ਤਾਂ ਹੈਗੇ, ਧਰਮਸੋਤ ਨੂੰ ਵੀ ਦੇ ਦਿਓ ਟਿਕਟ। ਬੜਾ ਕਾਬਲ ਬੰਦਾ, ਬਾਹਰ ਹੀ ਨਹੀਂ ਆਉਣ ਡਿਆ, ਕੋਰਟ ਹੀ ਨਹੀਂ ਵਿਚਾਰੇ ਨੂੰ ਕੱਢ ਰਹੀ, ਬਾਹਰ ਕੀ ਇਹ ਨਹੀਂ ਕੱਢਿਆ ਜਾ ਸਕਦਾ। ਜੱਜ ਸਾਹਿਬ ਲਿਖੂ ਕਿ ਉਹਦੇ ਹੱਕ 'ਚ, ਕੋਈ ਦਿਖਦਾ ਹੀ ਨਹੀਂ ਕਿ ਹੱਕ 'ਚ ਲਿਖੂ ਕਿ ਉਹਨੂੰ ਵੀ ਦੇ ਦਿਓ ਟਿਕਟ। ਆਹ ਕਿਹੜੀ ਰਿਜ਼ਰਵ ਕੋਂਸਟੀਟਿਊਸੀ ਹੈ ਜੀ, ਨਾਲ ਦਾ ਕੋਈ ਹਲਕਾ ਵੇਖ ਕੇ ਦੇ ਦੇਣ, ਕਿੱਡਾ ਕਾਬਲ ਬੰਦਾ। ਸੋ ਇਹ ਕਰਪਸ਼ਨ ਉੱਤੇ ਜੋ ਪੋਲਿਸੀ ਮੌਜੂਦਾ ਸਰਕਾਰ ਦੀ ਅਡੋਪਟ ਹੋਈ ਹੈ, ਔਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਜਿਹੜਾ ਕਰਪਸ਼ਨ ਨੂੰ ਲੈ ਕੇ ਗੱਠਜੋੜ ਹੈ, ਤੁਹਾਡੇ ਸਾਹਮਣੇ ਮੈਂ ਲੈ ਕੇ ਆਇਆ, ਔਰ ਇਹ ਫਾਈਲ ਵੀ ਭਗਵੰਤ ਮਾਨ ਦੇ ਦਫ਼ਤਰ 'ਚੋਂ ਆਈ ਹੈ, ਸਮਝੋ। ਕਿੱਥੇ ਕਰਨਗੇ, ਆਪਾਂ ਸੁਣਾਂਗੇ, ਤੁਸੀਂ ਵੀ ਸੁਣਿਓ। ਥੈਂਕ ਯੂ।